ਦੋਸਤੋ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਆਪਣਾ ਪੰਜਾਬ ਦੀ ਟੀਮ ਦੇ ਵਿੱਚ ਅੱਜ ਅੱਜ ਸੀ ਤੁਹਾਡੇ ਨਾਲ ਰੂਬਰੂ ਹੋਏ ਆ ਜੀ ਅੱਜ ਦੇ ਮੁੱਦੇ ਲੈ ਕੇ ਮੈਨੂੰ ਅੱਜ ਸਾਡੇ ਸੁਵਾਨ ਸ਼ਰਮਾ ਜੀ ਉਹਨਾਂ ਨਾਲ ਬੈਠਣ ਦਾ ਮੌਕਾ ਮਿਲਿਆ ਜੀ ਤੇ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਆ ਤੇ ਆਪਣੀ ਆਪਣਾ ਪੰਜਾਬ ਦੀ ਸਾਰੀ ਟੀਮ ਦਾ ਜਿਨ੍ਹਾਂ ਨੇ ਅੱਜ ਮੈਨੂੰ ਇਸ ਲੈ ਕੇ ਸਮਝਿਆ ਸਾਡੇ ਸੁਵਾਨ ਸ਼ਰਮਾ ਜੀ ਉਹਨਾਂ ਦੇ ਸਾਥੀ ਅੱਜ ਬਾਹਰ ਗਏ ਨੇ ਜੀ ਤੇ ਸ਼ਰਮਾ ਜੀ ਪਹਿਲਾਂ ਤੁਹਾਨੂੰ ਨਮਸਕਾਰ ਬਹੁਤ-ਬਹੁਤ ਮਿਹਰਬਾਨੀ ਤੁਹਾਡੀ ਸ਼ਰਮਾ ਜੀ ਔਰ ਮੇਰੀ ਵੱਲੋਂ ਵੀ ਆਪਣਾ ਪੰਜਾਬ ਦੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਆਦਾਬ ਸਤਿ ਸ਼੍ਰੀ ਅਕਾਲ ਔਰ ਨਮਸਕਾਰ ਓਕੇ ਸ਼ਰਮਾ ਜੀ ਔਰ ਕੀ ਹਾਲ ਚਾਲ ਹੈ ਤੁਹਾਡਾ ਹਾਲ ਬੜਾ ਵਧੀਆ ਜੀ ਬੜੀ ਖੁਸ਼ੀ ਹੁੰਦੀ ਆ ਜਦੋਂ ਕਿਸੇ ਚੰਗੇ ਚੰਗੇ ਸੂਝਵਾਨ ਇਨਸਾਨਾਂ ਨਾਲ ਬੈਠਣ ਦਾ ਮੌਕਾ ਮਿਲਦਾ ਹੈ ਜੀ ਮਿਹਰਬਾਨੀ ਤੇ ਆਪਣੇ ਆਪ ਨੂੰ ਬੜਾ ਬੜਾ ਭਾਗਾਂ ਵਾਲਾ ਸਮਝਦੇ ਆ ਜੀ ਥੋੜਾ ਅੱਗੇ ਬੜੀ ਟੀਵੀ ਤੇ ਸੀ ਪ੍ਰੋਗਰਾਮ ਦੇਖਣ ਦਾ ਮਸਾਲਾ ਹੈਦਾ ਬੜੀਆਂ ਸੁਚੱਜੀਆਂ ਤੁਸੀਂ ਪੋਲੀਟਿਕਲ ਤੇ ਬੜੀਆਂ ਬੜੀਆਂ ਸਾਂਝਾ ਸਾਂਝੀ ਵਾਲਤਾ ਦੀਆਂ ਗੱਲਾਂ ਕਰਦੇ ਹੋ ਤੇ ਅੱਜ ਮੇਰੇ ਕੋਲ ਵੀ ਤੁਹਾਡੇ ਲਈ ਕੁਝ ਕੁਐਸਚਨ ਹੈਗੇ ਤੇ ਪਹਿਲਾਂ ਤਾਂ ਆਪਾਂ ਦਿੱਲੀ ਦੀ ਇਲੈਕਸ਼ਨ ਤੇ ਗੱਲ ਕਰੀਏ ਸਰ ਠੀਕ 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 ਅੱਜ ਦਾ ਮਾਹੌਲ ਵੀ ਉਹੀ ਹੈ ਹਾਂ ਪਹਿਲਾਂ ਤਾਂ ਤੁਹਾਨੂੰ ਅਸੀਂ ਮੁਬਾਰਕ ਦਿੰਨੇ ਆ ਵੀ ਦਿੱਲੀ ਦੀ ਇਲੈਕਸ਼ਨ ਆ ਜਿਹੜੀ ਬਈ ਕੇਜਰੀ ਵਾਦੀ ਜੀ ਉਹਨਾਂ ਨੇ ਤੀਜੀ ਵਾਰ ਜੀ ਜਿੱਤ ਪ੍ਰਾਪਤ ਕੀਤੀ ਆ ਜੀ ਜੀ ਤੇ ਦਿੱਲੀ ਦੇ ਸਾਰੇ ਜਿੰਨੇ ਵੀ ਰਹਿ ਰਹਿਣ ਵਾਲੇ ਲੋਕ ਨੇ ਪੰਜਾਬੀ ਨੇ ਚਾਹੇ ਚਾਹੇ ਹਿੰਦੂ ਨੇ ਹਿੰਦੀ ਨੇ ਸਾਰਿਆਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ ਜਿਨ੍ਹਾਂ ਨੇ ਇੱਕ ਇੱਕ ਹਿੰਦੁਸਤਾਨ ਦੇ ਵਿੱਚ ਇਹੋ ਜਿਹਾ ਹਲੂਣਾ ਦਿੱਤਾ ਜੀ ਠੀਕੇ ਜੀਰੀਵਾਲ ਉਹਨਾਂ ਨੂੰ ਤੀਜੀ ਵਾਰ ਜਿੱਤਾ ਕੇ ਬਈ ਬੜਾ ਮਾਣ ਵਾਲੀ ਗੱਲ ਆ ਇਹ ਤੇ ਤੁਸੀਂ ਅੱਜ ਦਿੱਲੀ ਦੀ ਇਲੈਕਸ਼ਨ ਬਾਰੇ ਸ਼ਰਮਾ ਜੀ ਮੈਨੂੰ ਦੱਸੋ ਵੀ ਇਹ ਇਹਨਾਂ ਦੀ ਠੀਕੇ ਜੀਰੀਵਾਲ ਸਾਹਿਬ ਦੀ ਜਿੱਤ ਕਿਵੇਂ ਹੋਈ ਇਹ ਤੇ ਕੀ ਜਿਹੜੀਆਂ ਉੱਥੇ ਦੀਆਂ ਲੋਕਲ ਪਾਰਟੀਆਂ ਨੇ ਜਾਂ ਉੱਥੇ ਦੇ ਬੀਜੀਪੀ ਵਾਲੇ ਨੇ ਜਾਂ ਕਾਂਗਰਸ ਦੇ ਨੇ ਕੀ ਇਹਨਾਂ ਦੇ ਬਾਰੇ ਕੀ ਸੋਚਦੇ ਆਉਣ ਵਾਲੇ ਭਵਿੱਖ ਦੀ ਸਭ ਤੋਂ ਪਹਿਲਾਂ ਤੇ ਮੇਰੇ ਵੱਲੋਂ ਦਿੱਲੀ ਦੇ ਲੋਕਾਂ ਨੂੰ ਬਹੁਤ-ਬਹੁ ਮੁਬਾਰਕਾਂ ਉਹਨਾਂ ਦੀ ਸੋਚ ਨੂੰ ਮੁਬਾਰਕਾਂ ਕਿਉਂਕਿ ਜਿਹੜੀ ਇਲੈਕਸ਼ਨ ਹੋ ਰਹੀ ਸੀ ਡੈਮੋਕ੍ਰੇਸੀ ਦੇ ਵਿੱਚ ਦੋਸਤਾਂ ਦੀ ਉਹ ਦਿੱਲੀ ਦੇ ਵਿੱਚ ਹੋ ਰਹੀ ਸੀ ਜਿਹੜਾ ਦਿੱਲੀ ਕਿ ਭਾਰਤ ਦਾ ਦਿਲ ਹੈ ਔਰ ਰਾਜਧਾਨੀ ਹੈ ਔਰ ਉੱਥੇ ਜਿਸ ਤਰ੍ਹਾਂ ਦਾ ਇਲੈਕਸ਼ਨ ਪ੍ਰਚਾਰ ਹੋਇਆ ਜਾਂ ਦੂਸਰੇ ਪਾਸੇ ਕੇਜਰੀਵਾਲ ਨੂੰ ਮੁਕਾਬਲਾ ਕਰਨਾ ਪਿਆ ਉਹ ਬੜਾ ਇੱਕ ਮਾਰਕਾ ਕਰ ਜਿੱਤਿਆ ਕੇਜਰੀਵਾਲ ਸਾਹਿਬ ਦੀ ਬਹੁਤ ਵੱਡਾ ਜਿਸ ਤਰ੍ਹਾਂ ਦਾ ਸਵਾਲ ਕੀਤਾ ਵੀ ਬੀਜਪੀ ਔਰ ਕਾਂਗਰਸ ਹਮ ਗੱਲ ਇਹ ਹੈ ਵੀ ਇਹ ਜਿਹੜੀ ਐਸੀ ਪਹਿਲਾਂ ਵੀ ਇੱਕ ਐਪੀਸੋਡ ਇਲੈਕਸ਼ਨਾਂ ਤੋਂ ਪਹਿਲਾਂ ਕਵਰ ਕੀਤਾ ਸੀ ਅੱਛਾ ਜੀ ਉਹਦੇ ਵਿੱਚ ਜਿਹੜੀ ਚੀਜ਼ ਉੱਪਰ ਆਈ ਸਾਹਮਣੇ ਔਰ ਬੜੀ ਵੱਡੀ ਇੱਕ ਸੇਧ ਆਈ ਕਿ ਇਹ ਲੜਾਈ ਜਿਹੜੀ ਸੀ ਵਿਕਾਸ ਵਰਸਸ ਕਮਿਊਨਲਿਜ਼ਮ ਬਣ ਗਈ ਜੀ ਜਦ ਕਿ ਜਦੋਂ ਮੋਦੀ ਸਾਹਿਬ ਨੂੰ 2014 ਦੇ ਵਿੱਚ ਇਲੈਕਸ਼ਨ ਜਿੱਤ ਕੇ ਆਏ ਹੂੰ ਹੂੰ ਉਹਨਾਂ ਨੇ ਵਿਕਾਸ ਦਾ ਮੁੱਦਾ ਤੇ ਕਰਪਸ਼ਨ ਦਾ ਮੁੱਦਾ ਲੈ ਕੇ ਹੀ ਉਹ ਇਲੈਕਸ਼ਨ ਕਾਂਗਰਸ ਦੇ ਖਿਲਾਫ ਉਹਨਾਂ ਜਿੱਤੀ ਸੀ ਅੱਛਾ ਜੀ ਲੇਕਿਨ ਉਸ ਤੋਂ ਬਾਅਦ ਉਹ ਲੋਕਾਂ ਨੂੰ ਜੋ ਲੋਕਾਂ ਨਾਲ ਵਾਅਦੇ ਕੀਤੇ ਉਹ ਲੋਕਾਂ ਨੂੰ ਉਹ ਡਿਲੀਵਰ ਨਹੀਂ ਕਰ ਸਕੇ ਵੀ 15 ਲੱਖ ਰੁਪਏ ਲਿਆਵਾਂਗਾ ਬਲੈਕ ਮਨੀ ਲਿਆਵਾਂਗਾ ਹਾਂ ਹਾਂ ਏਮਪਲॉयਮੈਂਟ ਅਪਲਿਫਟ ਕਰਾਂਗਾ ਸਫਾਈ ਵਾਤਾਵਰਨ ਪੈਦਾ ਕਰਾਂਗਾ ਔਰ ਕ੍ਰਪਸ਼ਨ ਨੂੰ ਮੈਂ ਨੱਥ ਪਾਵਾਂਗਾ ਜਿਹੜੇ ਸਕੈਂਡਲਸ ਲੋਗ ਨੇ ਉਹਨਾਂ ਨੂੰ ਮੈਂ ਜੇਲ੍ਹ ਦੇ ਅੰਦਰ ਕਰਾਂਗਾ ਜਿਵੇਂ ਜਿਵੇਂ ਆਮ ਲੀਡਰਾਂ ਵਾਂਗੂ ਬਲਫ ਬਲਫ ਜੇ ਮਾਰਦੇ ਬਲਫ ਜੇ ਉਹ ਲੋਕਾਂ ਨੂੰ ਮੋਸ਼ਨ ਲੋਕ ਲੋਕ ਦੁਖੀ ਸਨ ਦੁਖੀ ਲੋਕਾਂ ਕਸ ਲੀਡਰਸ਼ਿਪ ਤੋਂ ਕਾਗਜ਼ ਦੇ ਕੰਮਾਂ ਤੋਂ ਹਾਲਾਂਕਿ ਮਨੋਨ ਸਿੰਘ ਨੇ ਬੜੇ ਕੰਮ ਅੱਛੇ ਕੀਤੇ ਸੀ ਸਾਲਿਡ ਕੰਮ ਕੀਤੇ ਸੀ ਲੇਕਿਨ ਜਿਹੜੀ ਇਟਰਨਲ ਪੋਲਿਟਿਕਸ ਸੀ ਜਾਂ ਪਾਰਟੀ ਦੇ ਅੰਦਰ ਦੀ ਸਿਆਸਤ ਸੀ ਉਹ ਬੜੀ ਨਿਗਾਰ ਤੇ ਆ ਗਈ ਸੀ ਕ੍ਰਪਸ਼ਨ ਦੇ ਨਾਲ ਲੀਡਰਸ਼ਿਪ ਕ੍ਰਪਟ ਹੋ ਚੁੱਕੀ ਸੀ ਔਰ ਲੋਕਾਂ ਤੋਂ ਉਹਨਾਂ ਦਾ ਰਾਫਤਾ ਜਿਹੜਾ ਖਤਮ ਹੋ ਚੁੱਕਾ ਸੀ ਲੇਕਿਨ ਉਹ ਚੀਜ਼ਾਂ ਨਾ ਉਹਨੇ ਪੂਰੀਆਂ ਕੀਤੀਆਂ ਤੇ ਉਹ ਦੂਜੇ ਪਾਸੇ ਮੋਦੀ ਸਾਹਿਬ ਆ ਗਏ ਵੀ ਨੈਸ਼ਨਲਿਜ਼ਮ ਦਾ ਇਸ਼ੂ ਲੈਣ ਤਾਂ ਐਕਸਟ੍ਰੀਮ ਨੈਸ਼ਨਲਿਜ਼ਮ ਤੇ ਧਾਰਮਿਕ ਮੁੱਦੇ ਅਕੇਲੇ ਲੋਕ ਜਿਹੜੇ ਥੱਕੇ ਹੋਏ ਸੀ ਉਹ ਥੱਕੇ ਹੋਏ ਸੀ ਉਹਨਾਂ ਮੁੱਦਿਆਂ ਤੋਂ ਲੋਕ ਥੱਕੇ ਹੋਏ ਸੀ ਥੱਕੇ ਹੋਏ ਤੇ ਦਿੱਲੀ ਵਿੱਚ ਜਿਹੜੇ ਭਾਜਪਾ ਨੇ ਉਹਨਾਂ ਨੂੰ ਕੋਸ਼ਿਸ਼ ਕੀਤੀ ਵੀ ਇਹ ਆਪਾਂ ਇਸ਼ੂ ਜਿਹੜੇ ਨੇ ਉਹ ਲੈ ਜੇ ਤੇ ਭਾਜਪਾ ਨੇ ਸਬਕ ਨਹੀਂ ਸਿੱਖਿਆ ਕਿਉਂਕਿ ਝਾਰਖੰਡ 'ਚ ਭਾਜਪਾ ਦੀ ਇਸ ਮੁੱਦੇ 'ਤੇ ਹਾਰ ਹੋਈ ਹਾਂ ਹਾਂ ਮਹਾਰਾਸ਼ਟਰ ਦੇ ਵਿੱਚ ਵੀ ਇਸੇ ਮੁੱਦਿਆਂ ਦੇ ਹਾਰ ਹੋਈ ਜੀ ਤੀਬਰ ਮੈਂ ਸਮਝਦਾ ਵੀ ਬੀਜੇਪੀ ਤੋਂ 200 ਕਿੰਨੀਆਂ ਸੀਟਾਂ 100 ਕਿੰਨੀਆਂ ਰਹਿ ਗਈਆਂ ਜਿਹਾ ਜਦੋਂ ਕਿ ਪੂਰੀ ਮੋਦੀ ਲਹਿਰ ਸੀ ਉਹਦੀ ਲਹਿਰ ਸੀ ਉਹ ਹਰੇ ਹਰਿਆਣਾ ਵਿੱਚ ਵੀ ਹਾਰ ਹੀ ਮੈਂ ਸਮਝਦਾ ਹੋਈ ਸੀ ਕਿਉਂਕਿ ਮжоਰਿਟੀ ਤੋਂ ਬੀਜੇਪੀ ਖੁੱਸ ਗਈ ਥੱਲੇ ਆ ਗਈ ਔਰ ਹੁਣ ਕੋਲੀਸ਼ਨ ਗਵਰਨਮੈਂਟ ਉਹਨਾਂ ਨੂੰ ਬਨਸਪੋਰਟ ਲੈ ਕੇ ਬਰਾਉਣੀ ਪਈ ਲੇਕਿਨ ਜਿਹੜਾ ਦਿੱਲੀ ਦੀ ਗੱਲ ਮੈਂ ਕਰਦਾ ਵੀ ਦਿੱਲੀ ਦੇ ਵਿੱਚ ਸਭ ਤੋਂ ਵੱਡਾ ਇਸ਼ੂ ਮੈਂ ਪਹਿਲਾਂ ਵੀ ਕੀਤੀ ਗੱਲ ਹੈ ਵੀ ਇਹ ਬੜਾ ਵੱਡਾ ਕ੍ਰੈਡਿਟ ਜਾਂਦਾ ਹੈ ਦੋਸਤਾਂ ਦੇ ਲੋਕਾਂ ਨੂੰ ਕਿਉਂਕਿ ਦਿੱਲੀ ਦੇ ਵਿੱਚ ਹਿੰਦੁਸਤਾਨ ਦੇ ਹਰ ਕੋਨੇ ਦਾ ਹਰ ਮੈਂਟੈਲਿਟੀ ਦਾ ਇਨਸਾਨ ਰਹਿੰਦਾ ਜਿਵੇਂ ਤੁਸੀਂ ਆਖਿਆ ਪਹਿਲਾਂ ਵੀ ਦਿੱਲੀ ਭਾਰਤ ਦਾ ਦਿਲ ਹੈ ਦਿਲ ਹੈ ਉੱਥੇ ਹਰ ਕਿਸਮ ਦੇ ਲੋਕ ਬڑے ਐਜੂਕੇਟਿਡ ਲੋਕ ਠੀਕ ਬਿਲਕੁਲ ਠੀਕ ਐਜੂਕੇਟਿਡ ਵੀ ਨੇ ਮਜ਼ਦੂਰ ਤਬਕਾ ਲੋਕ ਵੀ ਨੇ ਗਰੀਬ ਵੀ ਨੇ ਤੇ ਮਤਲਬ ਹਰ ਤਰ੍ਹਾਂ ਦਾ ਉਥੇ ਇਨਸਾਨ ਰਹਿੰਦੇ ਆ ਉਹ ਹਰ ਪਰਖ ਕਰਦੇ ਨੇ ਜੀ ਉਹ ਹਰ ਤਰ੍ਹਾਂ ਦੀ ਸੋਚ ਰੱਖਦੇ ਆ ਅਰ ਇਸ ਕਰਕੇ ਜਿਹੜਾ ਮੁੱਦਾ ਸੀ ਦਿੱਲੀ ਦਾ ਉਹ ਵਿਕਾਸ ਦਾ ਮੁੱਦਾ ਸੀ ਔਰ ਬੜੀ ਵੱਡੀ ਗੱਲ ਇੱਕ ਬੜੀ ਵੱਡੀ ਡੇਰਿੰਗ ਕੀਤੀ ਕੇਜਰੀਵਾਲ ਨੇ ਕਿ ਮੈਂ ਇਹ ਕੰਮ ਕੀਤਾ ਆ ਜੇ ਮੈਂ ਵਿਕਾਸ ਕੀਤਾ ਆ ਤੇ ਮੈਨੂੰ ਲੋਕ ਤੁਸੀਂ ਵੋਟਾਂ ਪਾਓ ਔਰ ਉਹਨੇ ਆਪਣੇ ਕੰਮ ਦਿਖਾਏ ਲੋਕਾਂ ਨੂੰ ਸਕੂਲਾਂ ਦੇ ਜਿਹੜੇ ਐਜੂਕੇਸ਼ਨ ਸਿਸਟਮ ਉਹਨੇ ਪੰਜ ਸਾਲਾਂ ਹੀ ਠੀਕ ਕੀਤਾ ਐਜ ਹੈਲਥ ਸਿਸਟਮ ਠੀਕ ਕੀਤਾ ਉਹਨਾਂ ਨੇ ਵਾਟਰ ਸਿਸਟਮ ਠੀਕ ਕੀਤਾ ਬਿਲੀ ਦਾ ਸਿਸਟਮ ਠੀਕ ਕੀਤਾ ਉਹਦੇ ਨਾਲ ਕੀ ਹੋਇਆ ਵੀ ਲੋਕਾਂ ਤੇ ਉੱਤੇ ਦਿਸਿਆ ਔਰ ਇੱਕ ਚੀਜ਼ ਜਿਹੜੀ ਇਲੈਕਸ਼ਨ ਦੇ ਵਿੱਚ ਉਬਰਗੇ ਸਾਹਮਣੇ ਬਾਹਰ ਆਈ ਆ ਵੀ ਕੱਲੇ ਆਊਟਸਾਈਡਰ ਜਾਂ ਗਰੀਬਾਂ ਨੇ ਜਾਂ ਪਿਛੜੀਆਂ ਕਲੋਨੀਆਂ ਜਾਂ ਨਹੀਂ ਵੋਟਾਂ ਨਹੀਂ ਦਿਤੀਆਂ ਨਵੀਂ ਦਿੱਲੀ ਦੀ ਸੀਟ ਜਿਹੜੀ ਲੇਖੀ ਦੀ ਸੀਟ ਸੀ ਉਹ ਚ ਸਾਰੀਆਂ ਸਾਰੀਆਂ ਰਹੀਆਂ ਜਿਹੜਾ ਸਦਰ ਬਾਜ਼ਾਰ ਆ ਵਪਾਰੀਆਂ ਦਾ ਏਰੀਆ ਹੈਗਾ ਸਾਰਾ ਉੱਥੋਂ ਵੀ ਉਹ ਜਿੱਤੇ ਨੇ ਇਹਦਾ ਮਤਲਬ ਇਹ ਹੈ ਵੀ ਹਰ ਵਰਗ ਨਹੀਂ ਹਮ ਕੇਜਰੀਵਾਲ ਨੂੰ ਵੋਟ ਦਿਤੀ ਹੈ ਤੁਹਾਨੂੰ ਨਹੀਂ ਲੱਗਦਾ ਵੀ ਦਿੱਲੀ ਦੇ ਵਿੱਚ ਜਿੱਤਣਾ ਇੰਨਾ ਸੌਖਾ ਨਹੀਂਗਾ ਕੇਜਰੀਵਾਲ ਸਾਹਿਬ ਉਹਨਾਂ ਨੇ ਥੋੜੇ ਜਿਹੇ ਸਮੇਂ ਦੇ ਵਿੱਚ ਇਹਦਾ ਮਤਲਬ ਕੰਮ ਬਹੁਤ ਕੀਤੇ ਨੇ ਉਹਨਾਂ ਨੇ ਨਹੀਂ ਉਹ ਵੇਖੋ ਗੱਲ ਇਹ ਆ ਵੀ ਐਸ ਵਲੇ ਹਿੰਦੁਸਤਾਨ ਨੂੰ ਕੀ ਚਾਹੀਦਾ ਹਿੰਦੁਸਤਾਨ ਨੂੰ ਚਾਹੀਦਾ ਆਰਥਿਕ ਵਿਕਾਸ ਹਮ ਔਰ ਡਵੈਲਪਮੈਂਟ ਜੀ ਬਿਲਕੁਲ ਤੇ ਦੇਖੋ ਸਭ ਦੂਜੀ ਗੱਲ ਇਹ ਹੈ ਵੀ ਜਦੋਂ ਕੇਜਰੀਵਾਲ ਨੇ ਇਹ ਡਵੈਲਪਮੈਂਟ ਤੇ ਆਰਥਿਕ ਵਿਕਾਸ ਹੁੰਦਾ ਉਹਦਾ ਕਰਪਸ਼ਨ ਵੀ ਇੱਕ ਨਵਾਂ ਰੂਪ ਲੈ ਕੇ ਆਉਂਦੀ ਹੈ ਲੇਕਿਨ ਉਸ ਬੰਦੇ ਦੇ ਉੱਤੇ ਕਰਪਸ਼ਨ ਦਾ ਕੋਈ ਚਾਰਜ ਨਹੀਂ ਲਾ ਸਕੇ ਝੂਠੇ ਚਾਰਜ ਪੋਲੀਟিক্যাল ਬੰਦੇ ਜਿਹੜੀਆਂ ਦੂਜੀਆਂ ਪਾਰਟੀਆਂ ਲਾਉਂਦੀ ਕੋਸ਼ਿਸ਼ ਕੀਤੀ ਲੇਕਿਨ ਉਹਨਾਂ ਨੂੰ ਸਾਬਤ ਨਹੀਂ ਕਰ ਸਕੇ ਰਵਾਇਤ ਇਹਨਾਂ ਦੀ ਆਮ ਰਵਾਇਤ ਆ ਉਹ ਮਤਲਬ ਸਪਾਰਕ ਸਾਫ਼ ਹੋ ਗਏ ਉਹਨੇ ਵਿਕਾਸ ਕੀਤਾ ਔਰ ਉਹਦਾ ਰਿਜ਼ਲਟ ਅੱਜ ਕੀ ਜੀ ਵਾਲਾ ਮੇਰਾ ਲੇ ਪਿਕਚਰ ਦਿਖਾਈ ਦਿੱਲੀ ਦੇ ਲੋਕਾਂ ਨੂੰ ਬੀਜਪੀ ਵਾਲੀ ਦਾ ਤੁਹਾਨੂੰ ਸਵਾਲ ਕੀਤਾ ਕਾਂਗਰਸ ਦਾ ਕਾਂਗਰਸ ਤੇ ਕਿਸੇ ਗਿੰਦੀ ਜ ਨਹੀਂ ਸੀ ਹੈਗੀ ਔਰ ਬੜੇ ਅਫਸੋਸ ਦੀ ਗੱਲ ਹੈ ਵੀ 100 ਸਾਲ ਪੁਰਾਣੀ ਪਾਰਟੀ ਅੱਜ ਮਤਲਬ ਲੀਡਰਲੈਸ ਹੋ ਗਈ ਹੈ ਕਾਂਗਰਸ ਹਾਂ ਬਜ਼ੇ ਹੈ ਨਾ ਲੋਕ ਉਹ ਬਲੋ ਉਹਨਾਂ ਨੂੰ ਜਿ ਤਰ੍ਹਾਂ ਉਹਨਾਂ ਸਿਲੰਡਰ ਪਹਿਲਾਂ ਹੀ ਕਰਤਾ ਔਰ ਮਤਲਬ ਆਪਣੀ ਸਿਹਾਰ ਮੰਲੀ ਔਰ ਲੀਡਰਸ਼ਿਪ ਫਿਰ ਵੀ ਇੰਨੀ ਵੱਡੀ ਪਿੱਛੇ ਜਦੋਂ 2019 ਦੇ ਵਿੱਚ ਇਲੈਕਸ਼ਨਾਂ ਹੋਈਆਂ ਨੇ ਉਦੋਂ ਹਰੀ ਇੰਨੀ ਲੈਵਲ ਤੇ ਤੇ ਫਿਰ ਵੀ ਕਾਂਗਰਸ ਪਾਰਟੀ ਨੇ ਸਬਕ ਨਹੀਂ ਸਿੱਖਿਆ ਆਪਣੀ ਨਵੀਂ ਲੀਡਰ ਸਭ ਤੋਂ ਦੁੱਖ ਦੀ ਗੱਲ ਆ ਵੀ ਕਾਂਗਰਸ ਜਿਹੜੀ ਆ ਵਰਕਰ ਔਰ ਲੀਡਰਸ਼ਿਪ ਨੂੰ ਡਵੈਲਪ ਨਹੀਂ ਕਰ پا ਰਹੀ ਔਰ ਵਰਕ ਅੱਛੇ ਵਰਕਰ ਨਹੀਂ ਲਿਆ ਸਕੀ ਜਿਹੜੇ ਲੀਡਰਸ਼ਿਪ ਕੁਆਲਟੀ ਵਾਲੇ ਹੋ ਜਿੰਨਾ ਚਿਰ ਕਾਂਗਰਸ ਜਿਹੜੀ ਸੜਕਾਂ ਤੇ ਨਹੀਂ ਆਵੇਗੀ ਸੜਕਾਂ ਤੇ ਲੜਾਈ ਨਹੀਂ ਲੜੇਗੀ ਇੰਜਸਟਰ ਦੇ ਖਿਲਾਫ ਕਿਉਂਕਿ ਕਾਂਗਰਸ ਇੱਕ ਨੈਸ਼ਨਲ ਪਾਰਟੀ ਹੈ ਕਾਂਗਰਸ ਦਾ ਤਾਂ ਕੋਈ ਵੀ ਵੱਖ ਨਹੀਂ ਦੀਦਾ ਜੀ ਹੁਣ ਉਹਨਾਂ ਨੇ ਅਜੇ ਇਸ ਤਰ੍ਹਾਂ ਲੱਗਦਾ ਤੇ ਇਦਾਂ ਹੀ ਆ ਲੇਕਰ ਸਭ ਤੋਂ ਵੱਡੀ ਜਿਹੜੀ ਇੱਕ ਵਿੱਚ ਇਹ ਵੀ ਚੀਜ਼ ਵੇਖਣ ਵਾਲੀ ਆ ਵੀ ਕੇਜਰੀਵਾਲ ਦੇ ਭੋਜਾ ਸਮਾਰਟੀਨੈਸ਼ਨਲ ਪਾਰਟੀ ਉਹ ਵੀ ਖਿਲਾਫ ਉਹ ਵੀ ਖਿਲਾਫ ਬੀਜੇਪੀ ਵਾਲੇ ਜੋ ਜਿਹੜਾ ਉਗਲੇ ਉਹਨਾਂ ਨੇ ਆ ਬਿਲਕੁਲ ਔਰ ਬੜੀ ਗਲਤ ਰਵੈਤਾ ਪੈਦਾ ਕੀਤੀਆਂ ਉਹਨਾਂ ਨੇ ਇਲੈਕਸ਼ਨ ਦੇ ਵਿੱਚ ਡੈਮੋਕ੍ਰੇਸੀ ਵਿੱਚ ਉਹ ਵੀ ਖਿਲਾਫ ਕਾਂਗਰਸ ਵੀ ਖਿਲਾਫ ਦੂਸੀਆਂ ਛੋਟੀਆਂ-ਵੁਟੀਆਂ ਪਾਰਟੀਆਂ ਮੋਸਮ ਗਿਆਨੀ ਆਰਾਮ ਬਲਾਸ ਪਾਸਮਨ ਨਿਤੀਸ਼ ਕੁਮਾਰ ਵਗੈਰਾ ਸਾਰਿਆਂ ਨੇ ਇਹਦੇ ਇੱਕ ਮੋਰਚਾ ਲਾਇਆ ਤੇ ਲੇਕਿਨ ਉਹ ਬੰਦੇ ਦੀ ਬੜੇ ਵਾਰੇ-ਵਾਰੇ ਜਾਈਏ ਕਿ ਉਸ ਬੰਦੇ ਨੇ ਸਾਰਿਆਂ ਨੂੰ ਮਤਲਬ ਖੁੱਡੇ ਲੈ ਲਾਇਆ ਔਰ ਬੀਜੇਪੀ ਨੇ 300 ਤੋਂ ਵੱਧ ਐਮਪੀ 5-7 ਜੀ ਮਿਸਟਰ ਦੇਖੋ ਤੁਸੀਂ ਮੰਤਰੀ ਐਮ ਐਲ ਏਸ ਔਰ ਵਰਕਰ ਪਾਰਟੀ ਜੁਕਟਰਪਿਸ ਪਾਰਟੀ ਆਰ ਐਸ ਐਸ ਉਹਨਾਂ ਦਾ ਜਿਹੜਾ ਤਗੜਾ ਕਿੱਢ ਰਿਹਾ ਉਹ ਸਾਰਿਆਂ ਨੇ ਯੋਰ ਲਾਇਆ ਇੱਕ ਇੱਕ ਮਹੱਲੇ ਵਿੱਚ ਦੋ ਦੋ ਐਮ ਪੀ ਖੜੇ ਹੋ ਗਏ ਆਣਗੇ ਵੋਟਾਂ ਕੋਲ ਔਰ ਇਨੀ ਸਰਕਾਰ ਉਹਨਾਂ ਦੀ ਉਹ ਸੈਂਟਰ ਦੇ ਵਿੱਚ ਦੇਖੋ ਸਰਕਾਰ ਜੀ ਹੋਮ ਮਿਨਿਸਟਰ ਇਨ ਆ ਯਰ ਉਹ ਗਲੇ ਮੈਸਰ ਹੋਮ ਮਿਨਿਸਟਰ ਨੂੰ ਐਡੇ ਐਡੇ ਵੱਡੇ ਸਟੇਟਸ ਦੇ ਬੰਦੇ ਨੂੰ ਜਿਸ ਜਿਸ ਪੋਸਟ ਉੱਤੇ ਮਿਸਟਰ ਅਦਵਾਨੀ ਪੰਥ ਸਾਹਿਬ ਔਰ ਫਿਰ ਪਟੇਲ ਸਾਹਿਬ ਔਰ ਐਡੇ ਵੱਡੇ ਮਾ ਮਾਪੁਰਖ ਰਹੇ ਹੋਣ ਹਮ ਹਮ ਉਸ ਦੇਸ਼ ਤੇ ਔਰ ਉਸ ਦੇ ਪੋਸਟ ਤੇ ਐਡੀ ਲੋ ਲੈਵਲ ਦੀ ਸਪੀਚ ਸਪੀਚ ਬਿਲਕੁਲ ਸ਼ਾ ਨਹੀਂ ਕੀਤੀ ਆ ਔਰ ਬੜੀ ਮੈਨੂੰ ਖੁਸੂਸ ਨਾ ਕਹਿਣਾ ਪੈਂਦਾ ਲੇਕਿਨ ਇਹ ਤੋਂ ਰਿਜ਼ਲਟ ਇਹ ਜੂ ਨਿਕਲਦਾ ਕਿ ਕੇਜਰੀਵਾਲ ਨੇ ਇੱਕ ਮੈਸੇਜ ਦੇ ਦਿੱਤਾ ਦੇਸ਼ ਨੂੰ ਹਮ ਦੇ ਦਿੱਤਾ ਕਿ ਇੱਕ ਆਮਲਾ ਭਿਕ ਜਿਹੜਾ ਆ ਉਹ ਵਿਕਾਸ ਦੇ ਮੁੱਦਿਆਂ ਤੇ ਲੜਿਆ ਜਾਏਗਾ ਜਿਹੜਾ ਕਿ ਕਿਉਂਕਿ ਜਿੰਨਾ ਮਰਜੀ ਬੀਜਪੀ ਵਾਲੇ ਕੋਸ਼ਿਸ਼ ਕਰਦੇ ਕਿਉਂਕਿ ਇਹ ਦੇਸ਼ ਜਿਹੜਾ ਨਾ ਇਹ ਸਾਰੇ ਧਰਮਾਂ ਦਾ ਦੇਸ਼ ਹੈ ਸਾਰੇ ਧਰਮਾਂ ਦਾ ਜੇ ਇਸ ਇਸ ਦਾ ਇਹ ਦੇਸ਼ ਨੂੰ ਕੋਈ ਧਾਰਮਿਕ ਲੈਵਲ ਤੇ ਉਸ ਕਨਵਰਟ ਨਹੀਂ ਕਰ ਸਕਦਾ ਮੁਗਲ ਆਏ ਮੁਗਲ ਇਹਨੂੰ ਮੁਲਕ ਨੂੰ ਉਹ ਮੁਸਲਮਾਨ ਮੁਲਕ ਨਹੀਂ ਬਣਾ ਸਕੇ ਨੇ ਬਣਾ ਸਕਦੇ ਅੰਗਰੇਜ਼ ਆਏ ਉਹ ਉਹ 크ਿਸਚਨ ਮੁਲਕ ਨਹੀਂ ਬਣਾ ਸਕੇ ਇਸ ਮੁਲਕ ਨੂੰ ਕਿਉਂਕਿ ਸਰਕਾਰ ਉਹਨਾਂ ਦੀ ਜੀ ਇਸੇ ਤਰ੍ਹਾਂ ਇਹ ਮੋਦੀ ਸਾਹਿਬ ਜਿਤਨਾ ਹਿੰਦੂ ਹਿੰਦੂ 24 ਘੰਟੇ ਕਰੀ ਜਾਂਦੇ ਜਪ ਜਪੀ ਜਾਂਦੇ ਆ ਇਹ ਹਿੰਦੂ ਰਾਸ਼ਟਰ ਇਹਨੂੰ ਨਹੀਂ ਬਣਾ ਸਕਦੇ ਕਿਉਂਕਿ ਇਹਨਾਂ ਨਾਲ ਪੜੇ ਕਿਹੜਾ ਐਡਵਾਈਜ਼ਰ ਹੈ ਸਮਝ ਨਹੀਂ ਲੱਗਦੀ ਮੈਨੂੰ ਵੀ ਚਾਰ ਸ਼ਫੇਰੇ ਤੁਹਾਡੇ ਅਰਬ ਕੰਟਰੀ ਉਹਨਾਂ ਨਾਲ ਤੁਸੀਂ ਦੋਸਤੀ ਪਾਉਂਦੇ ਹੈ ਜੇ ਔਰ ਮੇਜਰ ਮੈਜੋਰਟੀ 22 ਕਰੋੜ ਦੀ ਪੋਪੂਲੇਸ਼ਨ ਹੈ ਉਹਨਾਂ ਉਹਦੀ ਸਰਬ ਕਰਨ ਦੀ ਕੋਸ਼ਿਸ਼ ਕਰ ਰਹੇ ਜੇ ਤੁਹਾਡਾ ਕੀ ਮੈਸੇਜ ਆਏਗਾ ਔਰ ਸਾਰੇ ਹੀ ਵਿਦੇਸ਼ਾਂ 'ਚ ਬੈਠੇ ਲੋਕ ਸੋਚ ਰਹੇ ਆਂ ਵੀ ਮੋਦੀ ਸਾਹਿਬ ਨੂੰ ਇੰਨੀ ਰਿਸਪੈਕਟ ਮਿਲੀ ਜੀ ਬਾਹਰ ਇੰਟਰਨੈਸ਼ਨਲ ਲੈਵਲ ਤੇ ਅਮਰੀਕਾ ਵਿੱਚ ਕੈਨੇਡਾ ਵਿੱਚ ਹੋਰ ਨਾ ਇੰਗਲੈਂਡ ਦੇ ਵਿੱਚ ਇਹਨਾਂ ਅੱਛੇ ਲੋਕਾਂ ਨੂੰ ਉਹਨੂੰ ਆਨਰ ਕੀਤਾ ਸੀ ਅੱਜ ਮੋਦੀ ਸਾਹਿਬ ਨੂੰ ਕੀ ਹੋ ਗਿਆ ਵੀ ਅੱਜ ਉਹ ਇਸ ਇੱਕ ਮੀਨਸ ਇਸ਼ੂ ਲੈ ਕੇ ਛੋੜੇ ਛੋੜੇ ਇਸ਼ੂ ਲੈ ਕੇ ਅੱਜ ਮੁਲਕ ਨੂੰ ਇੱਕ ਉਹਨਾਂ ਦੇ ਐਡਵਾਈਜ਼ਰ ਜਾਂ ਗਲਤ ਨੇ ਉਹਨਾਂ ਦੇ ਜਾਂ ਉਹਨਾਂ ਦੇ ਕੌਕਸ ਐਸਾ ਇਕੱਠਾ ਹੋ ਗਿਆ ਵੀ ਉਹ ਆਪਣੇ ਆਪ ਨੂੰ ਨਿਕਲ ਨਹੀਂ پا ਰਹੇ ਜਾਂ ਆਪਣੇ ਸੋਚਣ ਦੇ ਬਾਰੇ ਜਿਹੜੇ ਬੰਦੇ ਕੋਲ ਕੋਈ ਕੋਈ ਪੋਲੀਟਿਕਲ ਐਕਸਪੀਰੀਅੰਸ ਹੀ ਨਹੀਂ ਹੈਗਾ ਦਿੱਲੀ ਦੇ ਵਿੱਚ ਕੇਜਰੀਵਾਲ ਜਦੋਂ ਪਹਿਲੀ ਵਾਰ ਇਲੈਕਸ਼ਨ ਜਿੱਤੇ ਨੇ ਇਹਨਾਂ ਦਾ ਕੀ ਹਾਲ ਕਰਤਾ ਸੀ ਇਹਨਾਂ ਲੋਕਾਂ ਨੇ ਦੇਖੋ ਤੁਸੀਂ ਦੇਖੋ ਇਤਨਾ ਨਾ ਕੇਜਰੀਵਾਲ ਜਿਹੜਾ ਨਾ ਕੇਜਰੀਵਾਲ ਸੰਘਰਸ਼ੋਂ ਆਇਆ ਸੰਘਰਸ਼ੋਂ ਹਾਲਾਂਕਿ ਉਸ ਬੰਦੇ ਨੇ ਥੋੜੀਆਂ ਜਿਹੀਆਂ ਜਲਤੀਆਂ ਕੀਤੀਆਂ ਨੇ ਅਗਰ ਉਹ ਥੋੜਾ ਜਿਹਾ ਪੋਲੀਟੀਕਲ ਪਾਰਟੀ ਲੇਟ ਬਣਾਉਂਦਾ ਤੇ ਦੇਸ਼ ਦੇ ਵਿੱਚ ਮੂਵਮੈਂਟ ਸੋਸ਼ਲ ਮੂਵਮੈਂਟ ਜਿਦਾਂ ਆਈ ਉੱਪਰ ਗਈ ਸੀ ਉਹ ਚਲਾਉਂਦਾ ਨਾ ਹਜ਼ਾਰੇ ਦੀ ਅਦਾਲਤ ਜਿਹੜੇ ਕਿਆਦਤ ਦੇ ਅੰਦਰ ਤੇ ਅੱਜ ਆਪ ਪਾਰਟੀ ਦੀ ਪੋਜੀਸ਼ਨ ਕੁਝ ਹੋਰ ਹੁੰਦੀ ਲੇਕਿਨ ਐਨੀ ਹਾਉ ਉਹ ਆਪਣਾ ਡਿਸੀਜਨ ਹੈ ਉਹਦੀ ਆਪਣੀ ਸੋਚ ਹੈ ਅਸੀਂ ਕੁਝ ਨਹੀਂ ਕਰ ਸਕਦੇ ਗੱਲ ਕਰ ਸਕਦੇ ਹੁਣ ਕੇਜਰੀਵਾਲ ਨੂੰ ਜ਼ਰੂਰਤ ਹੈਗੀ ਆ ਵੀ ਜਿੱਤ ਤੇ ਮਿਲ ਗਈ ਹੂੰ ਇਹ ਹਿੰਦੁਸਤਾਨ ਦੇ ਲੋਕ ਐਸੇ ਲੋਕ ਨੇ ਅਗਰ ਲੋਕਾਂ ਇਹਨਾਂ ਦਾ ਤਸੀਨ ਇੰਟਰਸਟ ਨਹੀਂ ਪੂਰਤੀ ਕਰੋਗੇ ਇਹਨਾਂ ਦੇ ਹੱਕਾਂ ਵਾਸਤੇ ਤੁਸੀਂ ਨਹੀਂ ਆਪਣੀ ਨਹੀਂ ਕਰੋਗੇ ਤੁਸੀਂ ਤੇ ਇਹ ਲੋਕ ਬਦਲਣਾ ਜਾਣਦੇ ਬੜੀ ਛੇਤੀ ਕਿਉਂਕਿ ਅਜੀਵ ਗਾਂਧੀ ਦਾ ਇਤਿਹਾਸ ਵੇਖ ਲਓ ਉਦੋਂ ਉਹਨਾਂ ਕਿ 400 ਕਿੰਨੀਆਂ ਸੀਟਾਂ ਦਾ ਵਾਧਾ ਆਈਆਂ ਸੀ ਲੋਕਾਂ ਨੇ ਪਲਟ ਕੇ 90 ਜਮਾਰਤਾ ਫਿਰ ਕਈ ਦੋਸਤ ਕਾਂਗਰਸਾ ਵੇਲੇ ਉਹ ਇਤਿਹਾਸ ਫਿਰ ਇਸੇ ਤਰ੍ਹਾਂ ਹੀ ਭਾਜਪਾਈ ਸਾਹਿਬ ਨੂੰ ਮੈਜੋਰਟੀ ਆਈ ਸੀ ਉਹਨੂੰ ਵੀ ਲੋਕਾਂ ਨੇ ਹੱਥ ਆ ਇਸੇ ਤਰ੍ਹਾਂ ਮੋਦੀ ਸਾਹਿਬ ਨੂੰ ਇੱਕ ਸਬਕ ਲੈਣਾ ਚਾਹੀਦਾ ਵੀ ਇਹ ਮਤਲਬ ਜਿਹੜੀ ਚੀਜ਼ ਆ ਇਹ ਲੋਕ ਜਿਹੜੇ ਆ ਮਾਹੌਲ ਸੀਰੀਅਸ ਲੈਣਾ ਚਾਹੀਦਾ ਸੀਰੀਅਸਲੀ ਲੈਣਾ ਚਾਹੀਦਾ ਔਰ ਕੇਜਰੀਵਾਲ ਨੂੰ ਇੱਕ ਬੜਾ ਵੱਡਾ ਇੱਕ ਤਾਕਤ ਮਿਲੀ ਹੈ ਤਾਕਤ ਮਿਲੀ ਔਰ ਉਸ ਤਾਕਤ ਨੂੰ ਉਹਨੂੰ ਪੋਜ਼ਿਟਿਵ ਤਰੀਕੇ ਨਾਲ ਚੰਗੇ ਬੰਦੇ ਨਾਲ ਜੋੜੇ ਜੇ ਬੰਦੇ ਕੋਈ ਸਾਥੀ ਇਹਦਾ ਨਾਰਾਜ਼ ਵੀ ਹੋ ਗਏ ਨੇ ਉਹਨਾਂ ਨੂੰ ਨਾਲ ਦੁਬਾਰਾ ਲੈ ਕੇ ਆਵੇ ਜਿਨ੍ਹਾਂ ਦੀ ਪਾਰਟੀ ਨੂੰ ਕੋਈ ਦੇ ਦੇਣ ਦੇ ਸਕਣ ਇਸ ਕਰਕੇ ਮੈਨੂੰ ਤੇ ਇੱਕ ਕਹਾਂਗਾ ਕਿ ਆਨਲਾਈਨ ਦਾ ਭਵਿੱਖਿਆ ਉਹ ਕਿਸੇ ਵੱਲ ਦਾ ਬੜਾ ਵਧੀਆ ਹੈ ਅਗਰ ਉਹ ਚੰਗੀ ਸੋਚ ਰੱਖੇ ਚੰਗੇ ਲੋਕਾਂ ਨੂੰ ਉਭਾਰਨ ਦੀ ਕੋਸ਼ਿਸ਼ ਕਰੇ ਕੋਸ਼ਿਸ਼ ਕਰਨਗੇ ਸ਼ਰਮਾ ਜੀ ਫਿਰ ਮੇਰਾ ਦੂਜਾ ਕੁਐਸਚਨ ਹੈਗਾ ਵੀ ਵੀ ਜਿਹੜੀਆਂ ਰਵੈਤੀ ਪਾਰਟੀਆਂ ਨੇ ਕਾਂਗਰਸ ਹੋਈ ਜਾਂ ਭਾਜਪਾ ਹੋਈ ਜਾਂ ਅਕਾਲੀ ਪਾਰਟੀ ਇਹਨਾਂ ਨੇ ਆਉਣ ਦੇ ਸਮੇਂ ਆਉਣ ਵਾਲੇ ਸਮੇਂ 'ਚ ਪੰਜਾਬ 'ਚ ਇਹਨਾਂ ਦਾ ਕੀ ਕੀ ਭਵਿੱਖ ਹੋਊਗਾ ਜੀ ਜਾਂ ਜੱਕ ਕੇਜਰੀ ਵੱਲ ਸਾਹਿਬ ਦਾ ਇੱਕ ਵੱਡਾ ਚੈਲੰਜ ਆ ਪੰਜਾਬ ਲਈ ਜਾਂ ਪੰਜਾਬ 'ਚ ਕਿੱਦਾਂ ਹੋ ਕਿਹੜੇ ਕਿਹੜੇ ਢਾਂਗ ਨਾਲ ਉਹ ਉਤਰਨਗੇ ਵੇਖੋ ਪਹਿਲਾਂ ਜਦੋਂ 2017 ਚ ਇਲੈਕਸ਼ਨ ਹੋਈਆਂ ਨਾ ਹਾਂਜੀ ਉਦੋਂ ਬੜੇ ਮੇਸੇ ਲੋਕਾਂ ਨੂੰ ਵੀ ਕੇਜਰੀ ਆਪ ਪਾਰਟੀ ਜਿਹੜੀ ਆ ਪੰਜਾਬ 'ਚ ਬੜੇ ਤੜਤਲੇ ਨਾਲ ਆ ਰਹੀ ਹੈ ਲੇਕਿਨ ਉਦੋਂ ਅਨਜਾਨ ਲੀਡਰਸ਼ਿਪ ਦੀ وجہ ਨਾਲ ਥੋੜੀ ਜਿਹੀ ਮੂਰਖਤਾਵਾਂ ਦੇ ਨਾਲ ਉਹ ਪਾਰਟੀ ਜਿੱਦੀ ਜਿੱਦੀ ਹਾਰ ਗਈ ਹਰ ਗਈ ਔਰ ਜਿਹੜੀਆਂ ਸੋ ਕਾਲਡ ਪਾਰਟੀਆਂ ਸਟੇਬਲਿਸ਼ ਪਾਰਟੀਆਂ ਜਿਹਨੂੰ ਕਹਿੰਦੇ ਆਪਾਂ ਕਾਲੀ ਦਲ ਤੇ ਕਾਂਗਰਸ ਜਾਂ ਭਾਜਪਾ ਉਹਨਾਂ ਨੂੰ ਉਹਨਾਂ ਦੇ ਟੈਕਟਸ ਨੂੰ ਉਹ ਸਮਝ ਨਹੀਂ ਸਕੇ ਤੇ ਉਹਨਾਂ ਪਾਰਟੀ ਵਿੱਚ ਐਸੀ ਫੁੱਟ ਪਈ ਕਿ ਉਹ ਜਿੱਦੇ ਜਿੱਦੇ 20 ਸੀਟਾਂ ਤੇ ਆ ਗਏ ਲੇਕਨ ਐਨੀ ਹਾਊ ਫਿਰ ਵੀ ਉਹ ਬੜੀ ਪਹਿਲੀ ਵਾਰ ਉਹਨਾਂ ਦੀ ਅਟੈਂਪਟ ਸੀ ਉਹਨਾਂ ਦੀ ਪਹਿਲੀ ਵਾਰ ਕੋਸ਼ਿਸ਼ ਕੋਸ਼ਿਸ਼ ਜੀ ਉਹ ਆਪੋਜੀਸ਼ਨ ਪਾਰਟੀ ਦਾ ਰਤਬਾ ਉਹਨਾਂ ਲੈ ਲਿਆ ਲੇਕਿਨ ਫਿਰ ਉਸ ਤੋਂ ਬਾਅਦ ਫਿਰ ਕ੍ਰਾਈਸਿਸ ਪਾਰਟੀ 'ਚ ਆਇਆ ਜਦੋਂ ਕਿ ਕੁਝ ਐਮਐਲਏ ਜਿਹੜੇ ਸੀ ਉਹ ਪਾਰਟੀ ਦੀ ਲੀਡਰਸ਼ਿਪ ਤੋਂ ਨਾਰਾਜ਼ ਹੋ ਗਏ ਜਾਂ ਕੁਝ ਯੂ ਕਹਿੰਦੇ ਆਪਾਂ ਇਹ ਗੋਦੀ ਭਾਵਨਾ ਦੇ ਨਾਲ ਜਾਂ ਖੁਦ ਕਰਜ਼ੀਦੀ ਭਾਵਨਾ ਨਾਲ ਆਪੋ ਜਿᱷ ਫੁੱਟ ਪੈ ਗਈ ਤਾਂ ਖੈਰਾ ਸਾਹਿਬ ਇੱਕ ਪਾਸੇ ਹੋ ਗਏ ਦੂਜੇ ਇੱਕ ਪਾਸੇ ਹੋ ਗਏ ਪਾਰਟੀ ਦਾ ਡਿਸਪਲ ਨਹੀਂ ਰਿਹਾ ਤੇ ਲੋਕਾਂ ਦੇ ਜਿਹੜਾ ਵਿਸ਼ਵਾਸ ਸੀ ਨਾ ਪੰਜਾਬ ਦੇ ਵਿੱਚ ਡਾਵਾ ਡੋਲ ਹੋ ਗਿਆ ਆ ਪਾਰਟੀ ਤੋਂ ਔਰ ਜਿਹੜੇ ਜਿਹੜੇ ਇਹ ਟੁੱਟ ਕੇ ਦੂਸਰੀਆਂ ਪਾਰਟੀਆਂ ਤੋਂ ਕੇਜਰੀਵਾਲ ਸਾਹਿਬ ਨਾ ਆਏ ਸੀ ਹੂੰ ਕੋਈ ਨਹੀਂ ਲੱਗਦਾ ਵੀ ਇਹ ਲੀਡਰਸ਼ਿਪ ਦੇ ਜਿਵੇਂ ਜਿਵੇਂ ਹੁੰਦੇ ਆ ਉਹ ਉਹੀ ਇਹ ਘਾੜੇ ਰਾ ਸਾਡੀ ਪੋਲੀਟੀਕਲ ਪਾਰਟੀਆਂ ਚ ਵੀ ਉਹ ਬਸਰੇ ਡੈਮੋਕ੍ਰੇਸੀ ਵਿੱਚ ਚੱਲ ਆਉਂਦੇ ਨੇ ਬੰਦੇ ਲੇਕਿਨ ਕੇਜਰੀ ਵਾਲਾ ਨੂੰ ਮਤਲਬ ਬੜੇ ਤਰੀਕੇ ਨਾਲ ਅਸੈਸ ਕਰਨਾ ਚਾਹੀਦਾ ਵੀ ਜੇ ਵਾਕਿਆ ਹੀ ਇਹਨੇ ਪਾਰਟੀ ਸੋਸ਼ਲ ਕਈ ਲੋਕ ਪਾਰਟੀਆਂ ਦੇ ਲੀਡਰ ਹੁੰਦੇ ਕਈਆਂ ਪਾਰਟੀਆਂ ਉਹਨਾਂ ਨੂੰ ਜਸਟਿਸ ਉਹਨਾਂ ਹੀ ਪਾਰਟੀ ਚ ਨਹੀਂ ਮਿਲਦਾ ਲੇਕਿਨ ਉਹ ਲੋਕਾਂ ਵਾਸਤੇ ਐਸਟ ਹੁੰਦਾ ਨਮਜੋਤ ਸਿੰਘ ਸਿੱਧੂ ਆ ਨਮਜੋਤ ਸਿੰਘ ਸਿੱਧੂ ਜਿਹੜਾ ਆ ਪਾਰਟੀ ਦਾ ਤੇ ਲੋਕਾਂ ਦਾ ਐਸਟ ਆ ਅਸਲ ਹੈ ਲੋਕ ਉਹਨੂੰ ਪਸੰਦ ਕਰਦੇ ਆ ਲੋਕ ਉਹਦੇ ਵਿਸ਼ਵਾਸ ਕਰਦੇ ਆ ਲੇਕਿਨ ਕਾਂਗਰਸ ਪਾਰਟੀ ਨੂੰ ਸੰਭਾਲ ਨਹੀਂ ਸਕੇ ਨਹੀਂ ਸੰਭਾਲ ਸਕੇ ਜੀ ਐਸੀਆਂ ਪਰਸਨੈਲਿਟੀਆਂ ਨੂੰ ਆਪ ਪਾਰਟੀ ਨੂੰ ਜਿਹੜੀ ਆ ਉਪਜਾਗ ਦੇ ਵਿੱਚ ਨਾਲ ਅੱਗੇ ਲੈਣਾ ਚਾਹੀਦਾ ਨਾਲ ਲੈਣਾ ਚਾਹੀਦਾ ਤਾਂ ਕਿ ਪਾਰਟੀ ਆਪਣੀ ਸਟੇਬਲਿਸ਼ ਕਰ ਸਕੇ ਕ੍ਰੈਡਿਬਿਲਟੀ ਬਣ ਸਕੇ ਲੇਕਿਨ ਜਿਹੜੀ ਆ ਸੋ ਕਾਲਡ ਪਾਰਟੀ ਤੋਂ ਹਾਂ ਗੱਲ ਕੀਤੀ ਜਿਤਨਾ ਕਾਂਗਰਸ ਹੋਰ ਵੇਖੋ ਕਾਂਗਰਸ ਦਾ ਭੁਵਿੱਖ ਜਿਹੜਾ ਆ ਵੀ ਪੰਜਾਬ 'ਚ ਮਾੜਾ ਤੇ ਅਕਾਲੀਆਂ ਦਾ ਤਾਂ ਵੀ ਕਿਲਦੇ ਬਹੁਤ ਹੀ ਮੜਾ ਉਹਨਾਂ ਦਾ ਹਾਲਤ ਮੈਨੂੰ ਲੱਗਦਾ ਵੀ ਇਦਾਂ ਹੋਣੀ ਆ ਇਦਾਂ ਦਿੱਲੀ ਜੇ ਕਾਂਗਰਸ ਦੀ ਹੋਈ ਹੈ ਜੇ ਦਿੱਲੀ ਜੇ ਕਾਂਗਰਸ ਨੂੰ ਕੋਈ ਸੀਟ ਨਹੀਂ ਆਈ ਜਮਾਨਤਾਂ 36 64 ਜਬਤ ਹੋ ਗਈਆਂ ਇਸੇ ਤਰ੍ਹਾਂ ਹੀ ਮੈਂ ਸੋਚਦਾ ਵੀ ਜਿਤਨਾ ਕਾਲੀ ਦਲ ਜਾਂ ਸੁਖਬੀਰ ਬਾਦਲ ਚੱਲ ਰਿਹਾ ਪੰਜਾਬ ਦੇ ਵਿੱਚ ਜਿਤਨਾ ਉਹਨੇ ਆਪਣੀ ਸ਼ੋਅ ਕੀਤੀ ਆ ਪੋਲੀਟਿਕਲ ਜਿਹੜੀ ਇੰਟੈਲੀਜੈਂਸੀ ਦਿੱਲੀ ਦੇ ਇਲੈਕਸ਼ਨਾਂ ਚ ਮਹਾਨ ਕਮੀ ਇਹ ਪਹਿਲਾਂ ਵਾਈਕਾਡ ਕਰ ਲਿਆ ਵਿਡਰੋਅ ਕਰ ਲਈ ਸਪੋਰਟ ਫਿਰ ਉਹਦੇ ਚਰਨਾ ਹੀ ਪੈ ਗਿਆ ਉਹਦੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਸਿੱਖ ਕਮਿਊਨਿਟੀ ਨੂੰ ਜਿਹੜਾ ਆ ਉਹਦਾ ਮੈਸੇਜ ਬੜਾ ਮਾੜਾ ਗਿਆ ਔਰ ਉਹਦਾ ਰਿਜ਼ਲਟ ਜੇ ਨਿਕਲਿਆ ਵੀ ਦਿੱਲੀ ਜੇ ਟੋਟਲੀ ਜਿਹੜੀ ਹੈ 80% ਸਿੱਖ ਵੋਟ ਨੇ ਆਪ ਪਾਰਟੀ ਨੂੰ ਵੋਟ ਪਾਈ ਹੈ ਔਰ ਉਹਦਾ ਨਾਂ ਦਾ ਕਿਸੇ ਨੇ ਗੱਲ ਨਹੀਂ ਮੰਨੀ ਨਾ ਉਹਦੀ ਮੰਨੀ ਹੈ ਜੀਕੇ ਦੀ ਨਾ ਇਹਦੀ ਸੁਖਵੀਰ ਬਾਦਲ ਦੀ ਦੂਸਰੇ ਪਾਸੇ ਪੰਜਾਬ ਚ ਆਜੋ ਪੰਜਾਬ ਚ ਮੁਕਾਬਲਾ ਕੀ ਹੋਏਗਾ ਮੇਰੇ ਹਿਸਾਬ ਨਾਲ ਆਪ ਪਾਰਟੀ ਦਾ ਤੇ ਕਾਂਗਰਸ ਦਾ ਜੀ ਅਗਰ ਕਾਂਗਰਸ ਨੇ ਆਪਣੇ ਆਨ ਜਿੰਦਾ ਰੱਖਣਾ ਪੰਜਾਬ ਦੇ ਵਿੱਚ ਕਿਉਂਕਿ ਇਸ ਵੇਲੇ ਬੜੀ ਕ੍ਰਾਈਸਿਸ ਚੱਲ ਰਹੀ ਹੈ ਪਾਰਟੀ ਦਾ ਉਹ ਉਸ ਚੇਂਜ ਨਾ ਲੈਂਦੀ ਤੇ ਕਾਂਗਰਸ ਦਾ ਪੁਹੇਖਿਆ ਪੰਜਾਬ ਬੜਾ ਮਾੜਾ ਕਿਉਂਕਿ ਇਸ ਵੇਲੇ ਮੈਂ ਸਮਝਦਾ ਵੀ ਕਾਂਗਰਸ ਹਾਈ ਕਮਾਂਡ ਨੂੰ ਔਰ ਪੰਜਾਬ ਦੀ ਲੀਡਰਸ਼ਿਪ ਜਿਹੜੀ ਹੈ ਕਾਂਗਰਸ ਲੀਡਰਸ਼ਿਪ ਐਮ ਐਲ ਏ ਜਿਹਨੇ ਜਾਂ ਪਾਰਟੀ ਪਾਰਟੀ ਆ ਉਹਨਾਂ ਨੂੰ ਕੈਪਟਨ ਸਾਹਿਬ ਨੂੰ ਹੱਥ ਜੋੜਨੇ ਚਾਹੀਦੇ ਆ। ਹੂੰ। ਵੀ ਉਹ ਛੱਡ ਦਿਓ ਖੇੜਾ ਕਾਂਸ ਬਾਰਟੀ ਦਾ। ਜੀ। ਸਾਨੂੰ ਗਾਂ ਸਰਵਾਈਵ ਕਰ ਲੈਣ ਦਿਓ। ਹੂੰ। ਨਹੀਂ ਉਹ ਅਗਰ ਕੈਪਟਨ ਸਾਹਿਬ ਪਾਸੇ ਹੋਣਗੇ ਨਾ ਤੇ ਇਹ ਇੱਕ ਪਾਰਟੀ ਦਾ ਜਿਹੜਾ ਭੇਖਾ ਏਡਾ ਵਧੀਆ ਨਹੀਂ ਜੋਗ ਜਿੰਨਾ ਮਰਜੀ ਆਪਣੇ ਝੂਠ ਸੱਚ ਬੋਲ ਲੈਣ ਵੀ ਇਹੋ ਕੀਤਾ ਜੇ ਲੇਕਿਨ ਲੋਕਾਂ ਦੇ ਗਲੇ 'ਚ ਨਹੀਂ ਉਤਰ ਰਿਹਾ ਨਹੀਂ ਉਤਰ ਰਿਹਾ ਵਿਕਾਸ ਲੋਕ ਜੇ ਕੀਤਾ ਵੀ ਹੋਏਗਾ ਜੇਕਰ ਜੇ ਮਾਫੀ ਕੀਤੀ ਹੋਵੇ ਥੋੜੇ ਬਹੁਤ ਤੇ ਲੇਕਿਨ ਲੋਕਾਂ ਦੇ ਗਲੇ 'ਚ ਨਹੀਂ ਉਤਰ ਰਿਹਾ ਬਿਲਕੁਲ ਔਰ ਬੜੇ ਐਕਟਿਵ ਪੋਲਿਟੀਸ਼ਨ ਦੀ ਪੰਜਾਬ ਵਿੱਚ ਰੋੜਿਆ ਹਲੇ ਜਿਹੜਾ ਕਿ ਲੋਕਾਂ ਦੇ ਨਾਲ ਇਨ ਟੱਚ ਰਵੇ ਨਹੀਂ ਵੀ ਮਹੀਨੇ ਬਾਅਦ ਨਿਕਲੇ ਬਾਹਰ ਮਹਲ 'ਚ ਜਾਂ ਆਪਣੇ ਦਫਤਰ ਗਏ ਹੀ ਨਾ ਆਪਣਾ ਪ੍ਰਾਈਵੇਟ ਕੋਠੇ 'ਚ ਰਹਿ ਲਿਆ ਇਦਾਂ ਪਾਰਟੀਆਂ ਨਹੀਂ ਚਲਦੀਆਂ ਇਸ ਕਰਕੇ ਮੈਸਾਂ ਦਾ ਹਾਈ ਕਮਾਂਡ ਨੂੰ ਬੜੇ ਤਗੜੇ ਹੋ ਗਏ ਕਾਂਗਸ ਹਾਈ ਕਮਾਂਡ ਅਗਰ ਹਾਈ ਕਮਾਂਡ ਜਿਹੜੀ ਆ ਅਗਾਂ ਦਾ ਭਵਿੱਖਾ ਬਣਾਉਣਾ ਚਾਹੁੰਦੀ ਨੌਰ ਦਿਨ ਦੀ ਵਿੱਚ ਖਾਸ ਕਰਕੇ ਕਿਉਂਕਿ ਮਾ ਜਲਦੀ ਇਲੈਕਸ਼ਨ ਆਈ ਨਹੀਂ ਆ ਫਿਰ ਉਤਰਾਖੰਡ ਦੀ ਇਲੈਕਸ਼ਨ ਆਈ ਨਹੀਂ ਆ ਤੇ ਹਰਿਆਣਾ ਦੀ ਹੋ ਗਈ ਹਰਿਆਣਾ ਦਾ ਕੋਈ ਪਤਾ ਨਹੀਂ ਆ ਉੱਥੇ ਵੀ ਆ ਜਾਵੇ ਕਿਉਂਕਿ ਉੱਥੇ ਵੀ ਕੋਈ ਡੀ ਸਟਰੋਂਗ ਗਵਰਨਮੈਂਟ ਨਹੀਂ ਹੈਗੀ ਕਿਸੇ ਵੇਲੇ ਕਿਸੇ ਵੇਲੇ ਵੀ ਜਿਹੜੇ ਆਇਆ ਗ੍ਰਾਮ ਗਿਆ ਆਮ ਵਾਲਾ ਕੁਐਸਚਨ ਹੋ ਸਕਦਾ ਇਸ ਕਰਕੇ ਪੰਜਾਬ ਦੇ ਵਿੱਚ ਕਾਂਗਰਸੀਆਂ ਨੂੰ ਮੈਸਾਂ ਵੀਦਾ ਬੜਾ ਸੋਚਣਾ ਚਾਹੀਦਾ ਹੈ ਹਾਈ ਕਮਾਂਡ ਨੂੰ ਬੜੇ ਸੀਰियस ਲੈਵਲ ਤੇ ਗੱਲ ਕਰਨੀ ਚਾਹੀਦੀ ਹੈ ਔਰ ਨਵਜੋਤ ਸਿੰਘ ਸਿੱਧੂ ਨੂੰ ਅਗਰ ਸਾਹਮਣੇ ਰੱਖਣਾ ਹੈ ਇਹਨਾਂ ਨੇ ਬਿਲਕੁਲ ਤੇ ਇਹ ਨਾਲ ਹੁੰਦੀ ਹੈ ਵੀ ਉਹ ਜਿਹੜਾ ਬੰਦਾ ਉਹਨਾਂ ਦੇ ਹੱਥੋਂ ਨਿਕਲ ਜਾਵੇ ਔਰ ਮੁੜ ਕੇ ਪਛਤਾਉਂਦੇ ਰਹਿਣ ਆਪਣੇ ਹੱਥ ਮਲਦੇ ਰਹਿਣ ਜਿਆਦਾ ਇਸ ਵੇਲੇ ਲੋੜ ਆ ਇਸ ਵੇਲੇ ਕੈਪਟਨ ਸਾਹਿਬ ਚਲੋ ਨਹੀਂ ਵੀ ਛੱਡਣਾ ਚਾਹੀਦਾ ਚੀਫ ਮਿਨਿਸਟਰੀ ਲੇਕਿਨ ਨਵਜੋਤ ਸਿੰਘ ਸਿੱਧੂ ਨੂੰ ਚੰਗੀ ਰਿਸਪੈਕਟੇਬਲ ਪੋਜੀਸ਼ਨ ਤੇ ਡਿਪਟੀ ਚੀਫ ਮਿਨਿਸਟਰੀ ਬਣਾ ਦੇਣ ਉਹ ਤਾਕਤ ਯਾਦੀ ਦੇ ਦੇਣ ਉਹਨੂੰ ਮੈਂ ਕਹਦਾ ਉਹ ਉਹ ਹੋਮਸਟਰੀ ਦੇ ਦੇਣ ਉਹਨੂੰ ਪਰ ਉਹ ਫਿੱਟ ਨਹੀਂ ਆਉਣਗੇ ਜੀ ਤੇ ਉਹ ਜੇ ਈਗੋ ਲੜਨਗੇ ਜੇ ਪਾਰਟੀ ਨੂੰ ਸਿਰਫ ਕਿਉਂਕਿ ਪਾਰਟੀ ਦੀ ਜਿਹੜੀ ਮਹੱਤਤਾ ਸਭ ਤੋਂ ਬੰਦੇ ਤੋਂ ਬਜਾਦੀ ਹੁੰਦੀ ਹੈ ਤੇ ਜੇ ਪਾਰਟੀ ਦੀ ਮਹੱਤਤਾ ਨੂੰ ਅਗਰ ਨਹੀਂ ਸਮਝਣਗੇ ਤਾਂ ਮੈਂ ਸਮਝਦਾ ਫਿਰ ਪਾਰਟੀ ਦੀ ਬਦਕਿਸਮਤੀ ਪਾਰਟੀ ਦੇ ਲੀਡਰਸ਼ਿਪ ਦੀ ਬਦਕਿਸਮਤੀ ਪਾਰਟੀ ਦੇ ਵਰਕਰਾਂ ਦੀ ਬਦਕਿਸਮਤੀ ਲੇਕਿਨ ਹੁਣ ਆਪ ਪਾਰਟੀ ਨੂੰ ਜਿਹੜਾ ਆ ਬੜਾ ਵਧੀਆ ਮੌਕਾ ਆ ਪੰਜਾਬ ਦੇ ਵਿੱਚ ਵਿਕਾਸ ਕਰਨ ਦਾ ਪੰਜਾਬ ਡਿਵੈਲਪ ਕਰਨ ਦਾ ਆਪਣੇ ਪਾਰਟੀ ਕੇਡਰ ਤਿਆਰ ਕਰਨ ਦਾ ਔਰ ਭਗਵੰਦ ਮਾਨ ਨੂੰ ਵੀ ਆਪਣੀ ਈਗੋ ਮਾਰਨੀ ਪੈਗੀ ਹੂੰ ਬਿਲਕੁਲ ਔਰ ਈਗੋ ਮਾਰ ਕੇ ਉਹ ਤੁਜਿਆਂ ਨਾਲ ਗੱਲੇ ਲਾਵੇ ਔਰ ਇੱਕ ਪ੍ਰੋਗਰਾਮ ਬਣਾਉਣ ਔਰ ਲੋਕਾਂ 'ਚ ਸ਼ਾਨ ਹੁਣ ਤੋਂ ਹੀ ਕੈਂਡੀਡੇਟ ਅੱਛੇ ਅੱਛੇ ਸਿਲੈਕਟ ਕਰਨ ਔਰ ਅੱਛੇ ਲੋਕਾਂ ਨੂੰ ਅੱਛੇ ਇਮਾਨਦਾਰ ਲੋਕਾਂ ਨੂੰ ਅੱਗੇ ਲਿਆਉਣਗੇ ਤਾਂ ਆਪ ਪਾਰਟੀ ਦਾ ਬੜਾ ਸਕੋਪ ਆ ਔਰ ਇੱਕ ਹਿੰਦੁਸਤਾਨ ਦੀ ਬੜਾ ਵਧੀਆ ਮੈਸੇਜ ਆਂਦਾ ਆ ਵੀ ਇਹ ਮਤਲਬ ਅਸੀਂ ਅਗਰ ਕੰਮ ਕਰਾਂਗੇ ਤੇ ਵਿਕਾਸ ਦੇ ਕੰਮ ਕਰਾਂਗੇ ਤੇ ਅਸੀਂ ਮੋਟਾ ਲਿਆ ਸਕਦੇ ਆ ਇਹ ਜਿਹੜੀ ਕੇਜਰੀ ਕੇਜਰੀਵਾਲ ਸਾਹਿਬ ਦੀ ਦਿੱਲੀ ਚ ਜਿੱਤ ਹੋਈ ਆ ਇਹ ਨੂੰ ਦੇਖ ਕੇ ਤਾਂ ਐ ਲੱਗਦਾ ਦੀਪ ਸ਼ਰਮਾ ਜੀ ਜਿਵੇਂ ਪੰਜਾਬ ਦੇ ਵਿੱਚ ਲੋਕ ਤਿਆਰ ਬੈਠੇ ਨੇ ਜੀ ਬਸ ਜਿਵੇਂ ਕੇਜਰੀਵਾਲ ਸਾਹਿਬ ਆਉਣ ਤੇ ਉਹ ਰੈਡੀ ਬੈਠੇ ਨੇ ਜਿੱਤਣ ਨੂੰ ਦੇਖੋ ਗੱਲ ਇਹ ਪੰਜਾਬ ਦੀ ਸਿਆਸਤ ਬੜੀ ਅਜੀਬੋ ਗਰੀਬ ਆ ਜੀ ਪੰਜਾਬ ਦੀ ਸਿਆਸਤ ਕੀ ਆ ਵੀ ਪੰਜਾਬ ਦੀ ਸਿਆਸਤ ਹੈਗੀ ਸਿੱਖ ਡੋਮਿਨੇਟਿੰਗ अच्छा जी बड़ी सीधी जी ਗੱਲ ਕਰੀ ਆਪਾਂ ਕਿ ਕੇਜਰੀਵਾਲ ਨੂੰ ਦੀ ਪਾਰਟੀ ਨੂੰ ਤੇ ਸੈਪਟ ਕਰਨ ਨੂੰ ਲੋਕ ਤਿਆਰ ਬੈਠੇ ਆ ਲੇਕਰ ਕੇਜਰੀਵਾਲ ਨੂੰ ਸੈਪਟ ਕਰਨ ਨੂੰ ਤਿਆਰ ਨਹੀਂ ਬੈਠੇ ਲੋਕ ਹਮ ਪੰਜਾਬ ਜੀ ਹੀ ਪਹਿਲਾਂ ਇਹ ਕੰਟਰੋਵਰਸੀ ਆਈ ਸੀ ਇਹਨਾਂ ਨੂੰ ਪੰਜਾਬ ਚ ਆਪ ਪਾਰਟੀ ਨੂੰ ਇੱਕ ਐਸਾ ਸਿੱਖ ਚਿਹਰਾ ਹਮ ਤਿਆਰ ਕਰਨਾ ਪੈਗਾ ਕਿਉਂਕਿ ਪੰਜਾਬ ਦੇ ਛੋਟਾ ਪੰਜਾਬੀ ਬਣ ਗਈ ਉਹ ਇਸ ਕਰਕੇ ਵੀ ਸਿੱਖ ਜੀ ਮਿਸਟਰ ਬਰਨ ਵਾਸਤੇ ਸਾਰਾ ਕੁਝ ਹੋ ਗਿਆ ਤੇ ਇਸ ਕਰਕੇ ਉੱਥੇ ਇੱਕ ਬੜਾ ਇਮਾਨਦਾਰ ਡੈਡੀਕੇਟਿਡ ਤੇ ਮਾਰਸ਼ਲ ਟਾਈਪ ਦਾ ਸਿੱਖ ਚਿਹਰਾ ਚਾਹੀਦਾ ਉਹ ਤਾਂ ਫਿਰ ਸਿੱਧੂ ਸਾਹਿਬ ਨੂੰ ਬੜਾ ਤਿਆਰ ਕਰਨਾ ਪਏਗਾ ਆ ਪਾਰਟੀ ਨੂੰ ਜਿਹੜਾ ਲੋਕ ਜਿਹਦੇ ਤੇ ਕਰੈਡੀਬਿਲਟੀ ਕਰ ਲੋਕ ਪਸੰਦ ਕਰੇ ਸਿੱਖ ਕਮਿਊਨਿਟੀ ਪਸੰਦ ਕਰੇ ਦਲਤ ਪਸੰਦ ਕਰਨ ਪਿਛਲੇ ਪਸੰਦ ਕਰੇ ਕਿਉਂਕਿ ਇਹ ਨਹੀਂ ਭੁੱਲਣਾ ਚਾਹੀਦਾ ਕਿ 32% ਪੰਜਾਬ ਦੇ ਸਿੱਖ ਇਦਾਂ ਲਟਿਆ 32% ਹਿੰਦੂ ਆ ਫਿਰ ਪਛੜੇ ਨੇ ਹਾਂਜੀ ਇਹ ਬਿਲਕੁਲ 22% ਜੱਟ ਆ ਹਾਂਜੀ ਅਗਰ ਉਹ ਇਹ ਚੰਗਾ ਚਿਹਰਾ ਬਣਾ ਕੇ ਪੇਸ਼ ਕਰਨਗੇ 10 12% ਵੀ ਵੋਟ ਜੱਟਾਂ ਦੇ ਲੈ ਜਾਂਦੇ ਆ ਦਲਦਾਂ ਦੇ 15 20 25% ਵੋਟ ਲੈ ਜਾਂਦੇ ਆ ਇਹ ਦੋਹਾਂ ਦੇ 10 15% ਵੋਟ ਲੈ ਜਾਂਦੇ ਆ ਇਹ 45 46% 47% ਤੇ ਪਹੁੰਚ ਜਾਂਦੇ ਆ ਔਰ ਇਹ ਆਪਣੀ ਸੀ ਰਾਮ ਨਾਲ ਆਪਣੀ ਆਪ ਪਾਰਟੀ ਨੂੰ ਤਾਕਤ ਲਿਆ ਸਕਦੇ ਆ ਲੇਕਿਨ ਸਿਆਣੇ ਨੇ ਅਸੀਂ মিডিਆ ਵਾਲੇ ਤੇ ਆਪਣੇ ਵਿਚਾਰ ਰੱਖ ਸਕਦੇ ਦੱਸ ਸਕਦੇ ਸੁਜੈਸਟ ਕਰ ਸਕਦੇ ਆ ਇੰਪਲੀਮੈਂਟ ਅਸੀਂ ਦੀ ਪੋਲਿਟਿਕਸ ਵਿੱਚ ਨਹੀਂ ਅਸੀਂ ਤੇ ਨਿਊਟਰਲ ਗੱਲ ਕਰਨੀ ਆ ਅਸੀਂ ਕਾਂਗਰਸ ਨੂੰ ਵੀ ਅਸੀਂ ਕਾਲੀਆਂ ਦੇ ਵੀ ਦੁਸ਼ਮਣ ਨਹੀਂ ਅਗਰ ਅਸੀਂ ਤੇ ਸੋਚਾਂਗੇ ਵੀ ਇਸ ਵੇਲੇ ਜਿਹੜਾ ਸਮੇਂ ਦਾ ਬਹਾਵ ਆ ਸਮੇਂ ਦੀ ਮੰਗ ਆ ਉਹ ਸੁਖਵੀਰ ਬਾਦਲ ਦੇ ਪਰਿਵਾਰ ਦੇ ਖਿਲਾਫ ਆ ਖਿਲਾਫ ਆ ਬਾਦਲਾਂ ਦੇ ਖਿਲਾਫ ਇਹਨਾਂ ਨੂੰ ਬਾਦਲ ਸਾਡੇ ਪੈਸੇ ਤੇ ਜੋਰਨਾ ਜਾਂ ਮੀਡੀਆ ਦੇ ਪੈਸਾ ਖਰਚ ਕਰਕੇ ਜਿਹੜਾ ਮੱਝੇ ਆਪਣੇ ਆਨ ਨੂੰ ਇਹ ਲਾਈਮ ਲੈਂਡ 'ਚ ਰੱਖਣਾ ਕਾਂਗਰਸ ਵੀ ਲੋਕ ਤੰਗ ਆ ਚੁੱਕੇ ਕਾਂਗਰਸ ਤੋਂ ਵੀ ਲੋਕ ਦੁਖੀ ਨੇ ਲੇਕਿਨ ਅਗਰ ਜਿਆਦਾ ਬਾਦਲਾਂ ਤੋਂ ਦੁਖੀ ਨੇ ਇਸ ਕਰਕੇ ਲੇਕਿਨ ਉਹ ਪੈਸੇ ਦੇ ਜੋਰ ਨਾਲ ਆ ਜਾਂਦੇ ਆ ਬਿਲਕੁਲ ਆਲਟਰਨੇਟ ਕੋਈ ਨਹੀਂ ਹੁਣ ਆਲਟਰਨੇਟਿਵ ਇੱਕ ਕ੍ਰੈਡੀਬਿਲਟੀ ਬਣ ਗਈ ਲੋਕਾਂ ਨੂੰ ਇੱਕ ਬੜਾ ਵੱਡਾ ਪੰਜਾਬ ਦੇ ਲੋਕਾਂ ਨੂੰ ਮੈਸੇਜ ਕੀਤਾ ਗਿਆ ਵੀ ਅਸੀਂ ਬੜੀ ਵੱਡੀ ਗਲਤੀ ਕੀਤੀ ਸੀ ਅੱਗੇ ਵੀ ਆਪ ਵਾਲਾ ਨਹੀਂ ਜਿਤਾਇਆ ਤੇ ਵੇਖੋ ਕਿੰਨਾ ਦਿੱਲੀ 'ਚ ਵਿਕਾਸ ਹੋਇਆ ਅਗਰ ਇਹ ਆਪ ਵਾਲੇ ਪੰਜਾਬ 'ਚ ਵੀ ਜਿਦੇ ਤੇ ਕਿੰਨਾ ਜਬਰਤ ਵਿਕਾਸ ਹੁੰਦਾ ਲੇਕਿਨ ਉਹ ਲੋਕ ਪਛਤਾਪ ਪਛਤਾਇਆ ਗਿਆ ਉਹ ਜਿਵੇਂ ਚਿੜੀਆਂ ਜੋ ਕਿ ਖੇਤ ਲੇਕਿਨ ਹੁਣ ਮੌਕਾ ਆ ਜੀ ਸਭ ਤੋਂ ਵੱਡਾ ਮੌਕਾ ਹੈ ਆਪ ਵਾਲਿਆਂ ਨੂੰ ਕਿ ਉਹ ਅੱਛੀ ਲੀਡਰਸ਼ਿਪ ਜਿਹੜੀ ਆ ਉਹ ਡਿਵੈਲਪ ਕਰਨ ਪੰਜਾਬ ਦੇ ਵਿੱਚ ਤੇ 50 ਦੇ ਲੋਕ ਤੇ ਇੰਤਜ਼ਾਰ ਕਰ ਹੀ ਰਹੇ ਨੇ ਲੋਕ 50 ਦੇ ਲੋਕਾਂ ਨੂੰ ਅਲਟਰਨੇਸ਼ਨ ਚਾਹੀਦੀ ਆ ਉਹ ਬਦਲ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਉਹ ਅੱਕ ਕੇ ਕਾਲੀਆਂ ਤੋਂ ਵੀ ਅੱਗੇ ਕਾਂਗਰਸ ਨੂੰ ਵੀ ਅੱਕ ਚੁੱਕੇ ਆ ਕਾਂਗਰਸ ਤੋਂ ਘਟਕ ਕੇ ਨੇ ਇਸ ਕਰਕੇ ਵੀ ਅਜੇ ਉਹਨਾਂ ਜੇ ਇੱਕ ਲੀਡਰ ਬਿਠਾ ਸਿੱਧੂ ਉਮੀਦ ਹੈ ਲੋਕਾਂ ਵੀ ਜੇਕਦੇ ਆ ਗਿਆ ਤੇ ਸ਼ਾਇਦ ਪੰਜਾਬ ਦਾ ਕੋਈ ਬਹੁਤ ਲੋਕਾਂ ਦੀ ਨਗਾਵਾਂ ਟਿਕਿਆ ਨੇ ਨਗਾਵਾਂ ਟਿਕੀਆਂ ਨਹੀਂ ਲੇਕਿਨ ਹੁਣ ਬੰਦਾ ਜਿਹੜਾ ਸਿਆਸਤ ਵਿੱਚ ਹਾਰਾਂ ਦੀ ਤਾਕਤ ਵਾਸਤੇ ਲਵਾਸਤੇ ਆਦਾ ਸੇਵ ਆਦਾ ਅਗਰ ਉਸ ਬੰਦੇ ਨੂੰ ਇਹਨਾਂ ਨੇ ਯੂਜ਼ ਕਰਕੇ ਸੁੱਟ ਦੇਣਾ ਤੇ ਫੇ ਸੋਚੇਗਾ ਅਗਲਾ ਬੰਦਾ 6 ਸਾਲ 6 ਮਹੀਨੇ ਵਿੱਚ ਇਹ ਮੈਂ ਕੀ ਕਰਨਾ ਉਹਦੋਂ ਫਿਰ ਸਾਹਮਣਾ ਜਦੋਂ ਉਹਨੇ ਫੈਸਲਾ ਕਰ ਲਿਆ ਸਾਹਮਣਾ ਮੇਰਾ ਖਿਆਲ ਆ ਵੀ ਸਿੱਧੂ ਸਾਹਿਬ ਵੀ ਨੇ ਇੱਕ ਜੋਗਪਰਸਨ ਜਿਹੜੇ ਪੰਜਾਬ ਦੀ ਭਾਗਡੋਰ ਆਪਣੇ ਹੱਥੇ ਚ ਲੈ ਕੇ ਉਹਨੂੰ ਵਧੀਆ ਚਲਾ ਸਕਦੇ ਨੇ ਵੇਖੋ ਅਸੀਂ ਉਹਦੇ ਕੋਈ ਨਾਂ ਦੇ ਉਹਦੇ ਕੋਈ ਪ੍ਰਚਾਰਕ ਆ ਨਾ ਹੀ ਉਹਦੇ ਮਹਿਤਿਆ ਕੋਈ ਅਸੀਂ ਤੇ ਪੰਜਾਬ ਦੇ ਲੋਕਾਂ ਦੀ ਗੱਲ ਕਰਨੀ ਆ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਆ ਪੰਜਾਬ ਦੀ ਭਲਾਈ ਦੀ ਗੱਲ ਕਰਨੀ ਤੇ ਕੈਨੇਡਾ 'ਚ ਬੈਠੇ ਲੋਕ ਵੀ ਜਿਹੜੇ ਆ ਉਹ ਪੰਜਾਬ ਨੂੰ ਵਿਖਰੇ ਆ ਪੀ ਸਾਡੇ ਪੰਜਾਬ ਦਾ ਕੀ ਹਾਲ ਹੋ ਰਿਹਾ ਕਿਦਾਂ ਸੋਸ਼ਲ ਹੋ ਰਿਹਾ ਪੰਜਾਬ ਦੇ ਲੋਕਾਂ ਦਾ ਕਿਦਾਂ ਲੋਕਾਂ ਦੇ ਨੇਚਰਲ ਰਿਸੋਰਸਾਂ ਨੂੰ ਲੁੱਟਿਆ ਜਾ ਰਿਹਾ ਮਾਈਨਸ ਮਾਫੀਆ ਸ਼ਰਾਬ ਮਾਫੀਆ ਡਰੱਗਸ ਮਾਫੀਆ ਪੁਲਿਸ ਕੋਈ ਸਰਵਾਈ ਨਹੀਂ ਮਤਲਬ ਕੋਈ ਕਿਤੇ ਸੁਣਵਾਈ ਨਹੀਂ ਲੀਡਰਸ਼ਿਪ ਜਿਹੜੀ ਸਭ ਕਰਪਟ ਹੋਈ ਪਈ ਆ ਉਹ ਲੋਕਾਂ ਨੂੰ ਦੁੱਖ ਵੀ ਆ ਦਰਦ ਵੀ ਆ ਲੋਕ ਦੁਖੀ ਹੋ ਗਏ ਇਧਰ ਵੀ ਆ ਰਹੇ ਆ ਉਹ ਚਾਹੁੰਦੇ ਨੇ ਵੀ ਪੰਜਾਬ ਦੁਬਾਰਾ ਆਪਣੇ ਪਿਆਰਾਂ ਦੇ ਆਵੇ ਆਪਣੀ ਬਹਾਰਾਂ ਦੇ ਆਵੇ ਉਹ ਪੁਰਾਣੀ ਸੱਭਿਆਚਾਰਕ ਵਿਕਾਸ ਹੋਵੇ ਪੁਰਾਣੀ ਕਿਸਾਨੀ ਦਾ ਵਿਕਾਸ ਹੋਵੇ ਪੁਰਾਣੀ ਆਰਥਿਕ ਭਾਈਚਾਰੇ ਦਾ ਵਿਕਾਸ ਹੋਵੇ ਉਹ ਤਾਂ ਹੀ ਕਰ ਸਕਦੇ ਚੰਗੀ ਲੀਡਰਸ਼ਿਪ ਉੱਪਰ ਕੇ ਆਵੇ ਤੇ ਹਾਂਜੀ ਐਸੇ ਨੇ ਮੌਕਾ ਹੈ ਔਰ ਆਪ ਵਾਲਿਆਂ ਨੇ ਇੱਕ ਸਾਬਤ ਕਰਦਾ ਸੈਕੂਲਰਿਜ਼ਮ ਦਾ ਇੱਕ ਇਸ਼ੂ ਦੇ ਕੇ ਵਿਕਾਸ ਦਾ ਇਸ਼ੂ ਦੇ ਕੇ ਲੋਕਾਂ ਨੂੰ ਦਿੱਲੀ ਦੇ ਵਿੱਚ ਸਾਬਤ ਕਰਦਾ ਵੀ ਅਸੀਂ ਦੇਸ਼ ਨੂੰ ਚਲਾ ਸਕਦੇ ਆ ਅਸੀਂ ਚੰਗਾ ਕੰਮ ਕਰ ਸਕਦੇ ਆ ਤੇ ਉਹ ਪੰਜਾਬ 'ਚ ਮੈਸੇਜ ਜਾਂਦਾ ਉਹ ਪੰਜਾਬ ਦੇ ਲੋਕ ਅਗਰ ਚੰਗੇ ਆ ਲੋਕ ਤਾਂ ਚੰਗੇ ਆ ਲੋਕਾਂ ਨੂੰ ਚਾਹੀਦਾ ਹਲ ਇਹ ਆਪ ਵਾਲੇ ਜਾਂ ਚੰਗੀ ਲੀਡਰਸ਼ਿਪ ਡਵੈਲਪ ਹੋ ਗਏ ਅੱਜ ਕਿਤੇ ਵੀ ਅੱਜ ਪੰਜਾਬ ਦੇ ਲੋਕ ਡਵੈਲਪਮੈਂਟ ਚੰਗੀ ਲੀਡਰਸ਼ਿਪ ਚਾਹੁੰਦੇ ਆ ਤੁਹਾਨੂੰ ਲੱਗਦਾ ਲੋਕਾਂ ਦਾ ਲੱਗਦਾ ਤੇ ਇਸ ਤਰ੍ਹਾਂ ਹੀ ਹੈ ਜੀ ਵੇਖੋ ਹਾਲਾਤ ਕਿਦਾਂ ਦੇ ਪੈਦਾ ਹੁੰਦੇ ਇਹ ਤੇ ਲੀਡਰਸ਼ਿਪ ਤੇ ਡਿਪੈਂਡ ਕਰਦਾ ਲੋਕ ਤੇ ਲੋਕਾਂ ਵੋਟਾਂ ਪਾਉਣੀ ਆ ਹੁਣ ਵੋਟ ਕਾਲਾ ਚੋਰ ਚੱਲ ਜੇ ਤਾਂ ਵੀ ਲੋਕ ਵੋਟ ਪਾਉਂਦੇ ਆਂਦੇ ਆਂ ਕਾਲੀਆਂ ਨੂੰ ਵੋਟ ਪਾ ਦਿੰਦੇ ਲੋਕ ਹੀ ਇਹ ਜਿਹੜੀ ਦਿੱਲੀ ਚ ਜਿਤ ਕੇਜਰੀਵਾਲ ਸਾਹਿਬ ਦੀ ਤੁਹਾਨੂੰ ਲੱਗਦਾ ਵੀ ਜਿਹੜੇ ਵੀ ਜਿਹੜੇ ਲੋਕ ਆਪ ਨੂੰ ਛੱਡ ਕੇ ਗਏ ਸੀ ਪੰਜਾਬ ਦੇ ਵਿੱਚ ਆ ਜਿਹੜੇ ਜਿਹੜੇ ਦੁਨੀਆ ਪਾਰਟੀਆਂ ਦੇ ਵਾਕੇ ਰਲੇ ਸੀ ਆਪ ਦੇ ਨਾਲ ਵੀ ਕੇਜਰੀਵਾਲ ਸਾਹਿਬ ਉਹਨਾਂ ਨੂੰ ਦੁਬਾਰਾ ਦੇਖੋ ਗੱਲ ਇਹ ਹੈ ਆ ਦੇਖੋ ਪਾਰਟੀਆਂ ਜੇ ਡਿਫਰੈਂਸ ਜਾਂ ਉਹਨਾਂ ਦੀ ਗਲਤੀ ਸੀ ਜਾਂ ਉਹ ਉਸ ਟਾਈਮ ਲੈ ਕੇ ਕਿੰਦਾ ਵੀ ਕਈਆਂ ਪਾਰਟੀ ਦੀ ਲੀਡਰਸ਼ਿਪ 'ਚ ਵੀ ਗਲਤੀ ਹੁੰਦੀ ਹੈ ਕਿ ਇਹਨਾਂ ਨੇ ਛੱਡ ਕੇ ਜਾਂਦੇ ਉਹਨਾਂ ਦੀ ਵੀ ਲੀਡ ਇਗੋ ਹੁੰਦੀ ਜ਼ਿਆਦਾ ਉਹ ਵੀ ਸਮਝ ਨਹੀਂ ਪਾਉਂਦੇ ਲੀਡਰਸ਼ਿਪ ਉਹਨਾਂ ਦੀ ਵੀ ਗਲਤੀ ਹੁੰਦੀ ਹੈ ਦੋਨੋਂ ਪਾਸੇ ਗਲਤੀਆਂ ਹੁੰਦੀਆਂ ਨੇ ਲੇਕਿਨ ਜਿਹੜਾ ਪਹਿਲਾ ਅਰਜ ਕੀਤੀ ਨਾ ਕਿ ਕੇਸਰੀਵਾਲ ਨੂੰ ਇੱਕ ਸਵੈ ਆਪਣੇ ਲੋਚਨਾ ਕਰ ਲੈਣੀ ਚਾਹੀਦੀ ਆ ਸਵੈ ਸਵੈ ਕਹਿੰਦੇ ਨਾ ਵੋਲੇਸ਼ਨ ਕਰਨਾ ਚਾਹੀਦਾ ਆਪਣਾ ਵੀ ਉਹ ਵਿਕਰਮਪੀ ਜਿਹੜੇ ਬੰਦੇ ਇਸ ਤਰ੍ਹਾਂ ਗਾਂਧੀ ਆ ਪਰਿਆਲੇ ਵਾਲਾ ਹਾਂਜੀ ਐਮਪੀਸੀ ਜਾਂ ਇਸ ਤਰ੍ਹਾਂ ਸੋਚਾ ਸਿੰਘ ਛੋਟੇਪੁਰ ਵਗੈਰਾ ਵਰਗੇ ਲੀਡਰਸ ਹਨ ਇਹੋ ਜਿਹੇ ਲੀਡਰਾਂ ਨੂੰ ਜ ਮਤਲਬ ਦੁਬਾਰਾ ਅਗਰ ਅਪਰੋਚ ਕੀਤੀ ਜਾਵੇ ਤੇ ਇਹ ਆ ਸਕਦੇ ਆ ਮੌਕਾ ਹੈ ਮੌਕਾ ਹੈ ਕਿਉਂਕਿ ਇਹਨਾਂ ਦਾ ਲੋਕਾਂ ਦੇ ਵਿੱਚ ਅਸਰ ਹੈਗਾ ਲੋਕ ਕ੍ਰੈਡਿਬਿਲਟੀ ਹੈਗੀ ਐਸਾ ਤੇ ਲੋਕਾਂ 'ਚ ਅਸਰ ਨੇ ਪੋਲਿਟਿਕਲ ਐਸੈਟ ਨੇ ਪੰਜਾਬ 'ਤੇ ਹਾਂਜੀ ਹਾਂਜੀ ਇਹ ਪੋਲਿਟਿਕਲ ਵਰਕਰ ਹੁੰਦੇ ਆ ਇਹ ਕਈ ਐਸੈਟ ਹੁੰਦੇ ਆ ਕਈ ਲਾਇਬਿਲਟੀਜ਼ ਹੁੰਦੇ ਆ ਜਿਦਾ ਅਕਾਲੀ ਦਲ ਜਿਹੜਾ ਆ ਅਕਾਲ ਸੁਖਬੀਰ ਬਾਦਲ ਜਾਂ ਮਜੀਠੀਆ ਫੈਮਿਲੀ ਉਹ ਐਸੇ ਲਾਇਬਿਲਟੀ ਬਣ ਗਿਆ ਪੰਜਾਬ ਦੀ ਲਾਇਬਿਲਟੀ ਬਣ ਗਿਆ ਜਿਹੜੇ ਇਹ ਲੋਕ ਨੇ ਅਜੇ ਐਸੈਟ ਨੇ ਜਿਵੇਂ ਜੁਮੇਦਪੁਰਾੜ ਵਰਗੇ ਬੰਦੇ ਇਹਨਾਂ ਨੂੰ ਤੋੜਨਾ ਹੂੰ ਲੈ ਕੇ ਹੁਣ ਆਪਣੇ ਚ ਤੇ ਤਾਂ ਜਾ ਕੇ ਇਹ ਜਾ ਕੇ ਪੰਜਾਬ ਦਾ ਭਲਾ ਹੋ ਸਕਦਾ ਕਿ ਵਧੀਆ ਪਲੇਟਫਾਰਮ ਇਹਨਾਂ ਨੂੰ ਬਣਾਉਣਾ ਪਵੇਗਾ ਪਲੇਟਫਾਰਮ ਵਧੀਆ ਮਿਸਾਲ ਉਹ ਕੇਜੀ ਵੱਲੋਂ ਇਹ ਕਰਨਾ ਪਏਗਾ ਇਨੀਸ਼ੀਏਟ ਲੈਣਾ ਪਏਗਾ ਉਹ ਤਾਂ ਹੀ ਗੱਲ ਜਾ ਕੇ ਕਿਉਂ ਚੰਗੇ ਜਿਹੜੇ ਚ ਕੋਈ ਨਾਰਾਜ਼ ਹੋ ਗਏ ਉਹ ਨਾਲ ਗੱਲੇ ਲਾਵੇ ਜਿਹੜੇ ਗੰਦੇ ਬੰਦੇ ਉਹਨਾਂ ਨਿਕਲ ਹੀ ਗਏ ਨੇ ਹਾਂਜੀ ਜੀ ਜੇ ਹੋਰ ਕੋਈ ਗਲਤੀ ਤੇ ਆਪਣੇ ਆਪ ਨਿਕਲ ਜਾਣਗੇ ਤੇ ਲੋਕਾਂ ਨੂੰ ਥੋੜੇ ਅਕਲ ਵੀ ਆ ਗਈ ਆ ਐਮਐਲਏਜ਼ ਨੂੰ ਜਾਂ ਵਰਕਰਜ਼ ਨੂੰ ਵੀ ਇਦਾਂ ਸਿਆਸਤ ਪਾਰਟੀਆਂ ਨਹੀਂ ਚਲਦੀਆਂ ਨਹੀਂ ਨਹੀਂ ਇੱਕ ਵਧੀਆ ਪ੍ਰੋਗਰਾਮ ਲਈ ਕੜਾ ਪਾਉਗਾ ਮੈਨੂੰ ਲੱਗਦਾ ਇਹਨਾਂ ਨੂੰ ਜੀ ਹਾਂਜੀ ਹਾਂਜੀ ਤੇ ਕਦੀ ਬਰਾਕਰ ਡਾਇਰੈਕਟਰ ਸਾਹਿਬ ਦਾ ਟਾਈਮ ਇਸ਼ਾਰਾ ਕਰ ਰਹੇ ਪਰ ਆਪਾਂ ਪੰਜਰ ਮਿੰਟ ਲੈ ਲੈਂਦੇ ਹਾਂ ਉਹਨਾਂ ਕਰੋ ਬਿਲਕੁਲ ਬਿਲਕੁਲ ਤੇ ਜਾਂਦੇ ਜਾਂਦੇ ਤੁਸੀਂ ਫਿਰ ਕੇਜਰੀਵਾਲ ਸਾਹਿਬ ਨੂੰ ਕੀ ਤੁਹਾਡਾ ਕਹਿਣਾ ਚਾਹੁੰਦੇ ਜੀ ਕੇਜਰੀਵਾਲ ਸਾਹਿਬ ਨੂੰ ਤੇ ਆਪਾਂ ਕੀ ਕਹਿਣਾ ਕੇਜਰੀਵਾਲ ਸਾਹਿਬ ਨੇ ਕੰਮ ਕੀਤਾ ਤੇ ਉਹਨਾਂ ਨੂੰ ਲੋਕਾਂ ਨੇ ਵੋਟਾਂ ਪਾਈਆਂ ਹਾਂਜੀ ਹੁਣ ਕੇਜਰੀਵਾਲ ਸਾਹਿਬ ਨੂੰ ਤੇ ਅਸੀਂ ਇਹੀ ਕਹਿਣਾ ਪੀ ਇਹਨਾਂ ਦੇ ਬੀਜੇਪੀ ਨੂੰ ਮੈਂ ਕਹਿਣਾ ਚਾਹਣਾ ਹਮ ਕੇਸ ਬਜਾਏ ਕੇਜਰੀਵਾਲ ਨੂੰ ਕਹਿੰਦੇ ਹਾਂ ਕਾਂਗਰਸ ਤੇ ਬੀਜੇਪੀ ਤੇ ਕਾਂਗਰਸ ਨੂੰ ਕਹਿਣਾ ਚਾਹਣਾ ਇਹ ਬੀਜੇਪੀ ਵਾ ਜਿਹੜੇ ਆ ਮੋਦੀ ਸਾਹਿਬ ਨੂੰ ਖਾਸ ਕਰਕੇ ਕਹਿਣਾ ਚਾਹਣਾ ਵੀ ਦੇਖੋ ਦੇਸ਼ ਦਾ ਜਿਹੜਾ ਜਿਹੜੀ ਇਸ਼ੂ ਦੇ ਰਏ ਜੇ ਇਹਨਾਂ ਇਸ਼ੂਆਂ ਨਾਲ ਦੇਸ਼ ਨਹੀਂ ਚੱਲਦੇ ਦੇਸ਼ ਨੂੰ ਐਸਲੇ ਆਰਥਿਕਤਾ ਦੀ ਲੋੜ ਆ ਦੇਸ਼ ਨੂੰ ਅਗਲੇ ਪੱਕੇ ਪੈਰੀ ਆਰਥਿਕ ਤੌਰ ਤੇ ਤਗੜਿਆ ਕਰਨ ਦੀ ਲੋੜ ਆ ਦੇਸ਼ ਨੂੰ ਐਸਲੇ ਇਨਵੈਸਟਮੈਂਟ ਕਰਨ ਦੀ ਲੋੜ ਆ ਦੇਸ਼ ਨੂੰ ਇੰਡਸਟਰੀ ਅੱਛੀ ਇੰਡਸਟਰੀ ਲੋੜ ਆ ਜੌਬਸ ਦੀ ਲੋੜ ਆ ਇਹਨਾਂ ਫਿਰਕਾਪਰਸਤ ਇਸ਼ੂਆਂ ਦੇ ਨਾਲ ਜਾਂ ਐਕਸਟ੍ਰੀਮ ਨੈਸ਼ਨਲਿਜ਼ਮ ਦੇ ਨਾਲ ਇਹ ਦੇਸ਼ ਦਾ ਵਿਕਾਸ ਹੋਣ ਵਾਲਾ ਨਹੀਂ ਨਹੀਂ ਕਿਉਂਕਿ ਦੇਸ਼ ਬੜਾ ਪਾਪੂਲੇਟਡ ਹੈ ਬਹੁਤ ਜਿਆਦਾ ਪੋਪੂਲੇਸ਼ਨ ਹੈ ਔਰ ਇਸ ਵੇਲੇ ਦੇਸ਼ ਸੰਸਾਰ ਦੇ ਵਿੱਚ ਹਿੰਦੁਸਤਾਨ ਦਾ ਨਾਮ ਹੈ ਲੇਕਿਨ ਅਗਰ ਤੁਸੀਂ ਇਹ ਵਿਕਾਸ ਦਾ ਟੈਲੈਂਟ ਹੈ ਹਿੰਦੁਸਤਾਨ ਦੇ ਵਿੱਚ ਪੜ੍ਹੇ ਲਿਖੇ ਲੋਕ ਨੇ ਇੰਜੀਨੀਅਰ ਨੇ ਅੱਛੇ ਅੱਛੇ ਲੋਕ ਨੇ ਅਗਰ ਇਹਨਾਂ ਦਾ ਤੁਸੀਂ ਜਾਇਜ਼ ਫਾਇਦਾ ਨਹੀਂ ਲਓਗੇ ਇਹ ਸਾਰਾ ਜਿਹੜਾ ਤੁਹਾਡਾ ਕਰੀਮ ਹੈ ਅਸ ਪੜ੍ਹੇ ਲਿਖਿਆਂ ਦੀ ਇਹ ਬਾਹਰ ਚਲ ਜਾਏਗੀ ਬਿਲਕੁਲ ਔਰ ਇਹਨਾਂ ਨੂੰ ਸੰਭਾਲਣ ਦਾ ਵਕਤ ਹੈ ਤੁਸੀਂ ਇਹ ਛੋਟੇ ਛੋਟੇ ਇਸ਼ੂ ਲੈ ਲੈਣ ਦਾ ਤਾਂ ਸੀਏ ਦਾ ਬਿੱਲ ਲੈਣ ਦਾ ਐਨ ਆਰ ਸੀ ਲੈਣ ਦੀ ਇਹਨਾਂ ਦਾ ਕੋਈ ਮੁਲਕ ਨੂੰ ਫਰਕ ਨਹੀਂ ਪੈਣਾ ਔਰ ਨਾ ਮੁਲਕ ਦੇ ਚਾਪਾ ਚੱਲਿਆ ਨਾ ਕੋ ਮੁਲਕ ਨੂੰ ਕੋਈ ਲਿਆ ਸਕਦਾ ਮੁਲਕ ਇਸ ਵਲੇ ਬਹੁਤ ਤਕੜਾ ਆ ਦੇਖੋ ਪੈ ਫਟਾ ਦੇ ਲੇਕਿਨ ਤੁਸੀਂ ਜਿਹੜਾ ਇਹਨੂੰ ਕਮਜ਼ੋਰ ਕਰ ਰਹੇ ਹੋ ਔਰ ਆਪਣਾ ਆਲਾ ਦਵਾਰਾ ਜਿਹੜਾ ਸਿਆਸਤ ਦੇ ਵਿੱਚ ਆ ਤੁਹਾਨੂੰ ਜਿਹੜੇ ਜਿਹੜੇ ਕੌਂਕਸ ਬਣ ਗਿਆ ਤੁਹਾਡੇ ਵਾਲੇ ਉਹਨੂੰ ਸਾਫ ਕਰੋ ਅਦਰਵਾਈਜ਼ ਇਹ ਕੌਂਕਸ ਤੁਹਾਨੂੰ ਲੈ ਕੇ ਇੰਦਰਾ ਗਾਂਧੀ ਨੂੰ ਜਿਦਾ ਕੌਂਕਸ ਲੈ ਕੇ ਆਹੀ ਲੈ ਕੇ ਬਹਿ ਗਿਆ ਸੀ ਨਾ ਇਸੇ ਤਰ੍ਹਾਂ ਮੋਦੀ ਸਾਹਿਬ ਤੁਹਾਨੂੰ ਵੀ ਉਸ ਕੌਂਕਸ ਨੇ ਲੈ ਕੇ ਬਹਿ ਨਾ ਰਾਗ ਠਾਕ ਵਰਗੇ ਬੰਦੇ ਤੋਂ ਆ ਬਣਾਏ ਜਿਹੜੇ ਗਲਤ ਬੋਲਦੇ ਬਕਵਾਸ ਕਰਦੇ ਆ ਸਟੇਜਾਂ ਤੇ ਔਰ ਜਿਹੜੇ ਤੁਸੀਂ ਇਹੋ ਜਿਹੇ ਲੀਡਰ ਬਣਾਏ ਨੇ ਇਹ ਲੋਕਾਂ ਦੀ ਸਿਖਣ ਕੋਉਂਦੇ ਆ ਭਾਈ ਕਿਹਰੇ ਵਿੱਚ ਫੋਟ ਪਾਉਂਦੇ ਆ ਵਾਇਲੈਂਸ ਦਾ ਸਬਕ ਦਿੰਦੇ ਹੁਜੇ ਵੀ ਯਾਨੀ ਭਾਜਪਾ ਕੋਲ ਚਾਂਸ ਹੈਗਾ ਵੇ ਕੇਜਰੀ ਵਾਲ ਵਰਗੇ ਲੀਡਰ ਕੱਢ ਲੈਣ ਕਿਸੇ ਪਾਸੇੋਂ ਲੀਡਰ ਤੇ ਹੈਗੇ ਇਹਨਾਂ ਕੋ ਬੜੇ ਲੇਕਿਨ ਉਹ ਵਿਕਾਸ ਦਾ ਇਸ਼ੂ ਦੇਣ ਇਹ ਛੱਡਣ ਛੋਟੇ ਛੋਟੇ ਯਾਰ ਕਿ ਮੈਨੂੰ ਲਿਜਿ ਸਕਦੇ ਐਕਸਟ੍ਰੀਮ ਰਿਲੇਸ਼ਨਸ ਪਾਕਿਸਤਾਨ ਕਿਤੇ ਤੁਹਾਨੂੰ ਖਾਣ ਨਹੀਂ ਇੰਨਾ ਛੋਟਾ ਜਿਹਾ ਮੁਲਕ ਆ ਤੁਹਾਨੂੰ ਖਾਣ ਹੀ ਚੱਲਿਆ ਉਹ ਐਵੇਂ ਤੁਸੀਂ ਪਾਕਿਸਤਾਨ ਨੂੰ ਬਣਾਓ ਚੰਗੇ ਰਿਲੇਸ਼ਨਸ਼ਿਪ ਬਣਾਓ ਆਰਡ ਕੁਆਰਡ ਚੰਗਾ ਬੰਗਲਾਦੇਸ਼ ਦੀ ਗ੍ਰੋਥ ਵੱਧ ਰਹੀ ਆ ਇਹ ਇਹ ਨੇਪਾਲ ਦੀ ਗ੍ਰੋਥ ਵੱਧ ਰਹੀ ਆ ਤੁਸੀਂ ਤੁਹਾਨੂੰ ਕੀ ਤਲੀਫ ਆ ਤੁਹਾਡੀ ਗ੍ਰੋਥ ਘਟ ਰਹੀ ਆ ਪਾਕਿਸਤਾਨ ਦੀ ਗ੍ਰੋਥ ਵੱਧ ਰਹੀ ਆ ਪਾਕਿਸਤਾਨਾ ਨੇ ਆਪਣੇ ਨੂੰ ਸੰਭਾਲ ਲਿਆ ਆਪਣੇ ਆਪ ਨੂੰ ਦੀ ਆਰਥਿਕ ਦਾ ਨੇ ਸੰਭਾਲ ਲਿਆ ਤੁਸਾਨੂੰ ਕੀ ਪ੍ਰੋਬਲਮ ਹੈ ਤੁਸੀਂ ਮਤਲਬ ਜਾਂਦ ਕਰਨਾ ਚਾਹੁੰਦੇ ਮੇਰਾ ਖਿਆਲ ਹੈ ਵੀ ਇਸ ਤਰ੍ਹਾਂ ਪੁਰਾਣੇ ਜ਼ਮਾਨੇ ਜੇ ਇੱਕ ਰਾਜੇ ਹੁੰਦੇ ਸੀ ਨਾ ਉਹ ਪੈਸਾ ਲੈ ਲੈਂਦੇ ਸੀ ਨਸ਼ਾੂ ਕਰਾਂ ਗਲੋ ਤੇ ਉਹਨਾਂ ਦੀ ਗੱਲ ਨੂੰ ਮੰਨਣੀ ਪੈਂਦੀ ਸੀ ਪਹਿਲਾਂ ਉਹਨਾਂ ਨੂੰ ਇਹੇ ਗੱਲ ਮੋਦੀ ਸਾਹਿਬ ਨਾਲ ਹੋਈ ਹੈ ਵੀ ਇਹਨਾਂ ਨੇ ਚਾਰ ਪੰਜ ਜਿਹੜੇ ਇੰਡਸਟ੍ਰੀਅਲਿਸਟ ਨੇ ਚਾਰ ਬਲ ਕਾਰਪੋਰੇਸ਼ਨ ਨੇ ਉਹਨਾਂ ਦਾ ਉਹਨਾਂ ਕੋਲ ਯਾਦਾ ਕੋਈ ਲੈ ਬੈਠੇ ਆ ਅਪਲੀਕੇਸ਼ਨ ਯਾਦੀ ਲੈ ਚੁੱਕੇ ਆ ਉਹਨਾਂ ਦੇ ਇੰਟਰਸਟ ਪੂਰੇ ਕਰਨ ਚਾਹੀਏ ਸਾਰੇ ਆਪਣੇ ਸਾਈਟ ਰੈਗ ਹੋ ਰਿਹਾ ਇਹ ਤਾਂ ਨਿਕਲ ਔਰ ਦੇਸ਼ ਪਰ ਪਾਰਟੀ ਦਾ ਦੇਖਣ ਨੂੰ ਹੈ ਕਾਂਗਰਸ ਨੂੰ ਵੀ ਚਾਹੀਦਾ ਵੀ ਕਾਂਗਰਸ ਵੀ ਆਪਣੇ ਤਗੜੇ ਹੋ ਕੇ ਡਰਸਟਿਕ ਲੈਵਲ ਤੇ ਆਪਣੇ ਚੇਂਜ ਕਰੇ ਅਤੇ ਇੱਕ ਡਿਸਾਈਡ ਕਰੇ ਵੀ ਕਿਹੜੇ ਲੀਡਰ ਰੋਲ ਗਾਂਧੀ ਛੱਡ ਗਿਆ ਸੀ ਉਹ ਰੁਮਾਨਾ ਬਹਿ ਜਾਵੇ ਇਦੋਂ ਪੂਰਾ ਤਾਂ ਨੂੰ ਪ੍ਰਿੰਕਰ ਨੂੰ ਮੌਕਾ ਦੇ ਕੇ ਕੰਮ ਕਰਨ ਦਾ ਇਦੋਂ ਪੂਰਾ ਕਾਂਗਰਸ ਦਾ ਹਾਂ ਕਿ ਜਿਵੇਂ ਉਹਨਾਂ ਉਹਨਾਂ ਗਾਂਧੀ ਬਰੇ ਛੱਡ ਗਏ ਜਾਂ ਛੱਡਦਾ ਨਾ ਜੇ ਛੱਡ ਗਿਆ ਤਾਂ ਉਹ ਨਾ ਬਹਿ ਜਾਏ ਜੇ ਐਮਬੀ ਆਪਣੀ ਇਲੈਕਸ਼ਨ ਆਪਣੇ ਐਮਪੀ ਦੇ ਤੌਰ ਤੇ ਪਲੇ ਕਰੇ ਪਾਰਟੀ ਚ ਆਮ ਨਾਰਮਲ ਐਮਪੀ ਤਾਂ ਪਲੇ ਕਰੇ ਜਿਆਦਾ ਪਾਰਟੀ ਦੀ ਐਕਟੀਵਿਟੀਜ਼ ਵੱਲ ਨਾ ਆਵੇ ਪ੍ਰਿੰਕਰ ਨੂੰ ਮੌਕਾ ਦੇ ਪ੍ਰਿੰਕਰ ਨੂੰ ਸਪੋਰਟ ਕਰੇ ਉਹ ਉਹਨੂੰ ਗਾਂ ਕਰੇ ਜੇ ਕਰ ਸਕਦਾ ਕੁਝ ਤੇ ਜਾਂ ਨਵੀਂ ਲੀਡਰਸ਼ਿਪ ਲਿਆਓ ਉਹ ਬਥਰੀ ਲੀਡਰਸ਼ਿਪ ਜਾਂ ਰਿਵੋਲਟ ਆਏਗਾ ਜਾਂ ਕਾਂਗਰਸ ਖਤਮ ਜਿਹੜਾ ਇਸ ਟਾਈਮ ਪ੍ਰੈਜ਼ੈਂਟ ਟਾਈਮ ਦੇ ਉੱਤੇ ਕਾਂਗਰਸ ਦਾ ਹਾਲ ਦਿੱਲੀ ਮੈ ਪਤਾ ਨਹੀਂ ਕਹਿ ਸਕਦੇ ਆ ਬੰਬੋਕਾ ਕੀ ਹੁੰਦਾ ਉਹ ਨੈਸ਼ਨਲ ਪਾਰਟੀ ਐ ਇਹ ਜੇ ਆਪ ਪਾਰਟੀ ਨੈਸ਼ਨਲ ਪਾਰਟੀ ਅਗਰ ਉਹ ਅਗਰ ਇਸ਼ੂ ਨੇ ਇਸ਼ੂ ਬੇਸ ਤੇ ਉਹਨਾਂ ਨੇ ਲੜਨਾ ਤੇ ਇਸ ਕਰਕੇ ਉਹ ਉਹਨੂੰ ਨਾ ਮਲੋੜਿਆ ਵੀ ਇਸ ਵੇਲੇ ਕਾਂਗਰਸ ਆਪਣੇ ਰੀਕੰਸਾਈਲ ਕਰੇ ਤੇ ਤਾਂ ਹੀ ਫਾਇਦਾ ਲੋਕਾਂ ਦਾ ਭਲਾ ਤੇ ਪੋਲਿਟਿਕਲ ਪਾਰਟੀਆਂ ਸਟਰੋਂਗ ਹੋਣ ਤਾਂ ਹੀ ਦੇਣਾ ਭਲਾ ਬਿਲਕੁਲ ਸ਼ਰਮਾ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਅੱਜ ਗੱਲਬਾਤਾਂ ਕਰਕੇ ਆਸ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਕਿਸੇ ਨਾ ਕਿਸੇ ਦਿਨ ਤੁਹਾਡੇ ਨਾਲ ਮੇਟਾਂਗੇ ਜਾਂਦੇ ਜਾਂਦੇ ਬੇਤੀ ਕਰਨੀ ਹੈ ਮੈਂ ਕਿ ਤੁਸੀਂ ਆਪਣੇ ਜਿਹੜੇ ਪ੍ਰੋਗਰਾਮ ਲੱਗਦੇ ਹੋ ਨਾ ਸੁਝਾਸ਼ਨ ਜੂ ਦੇ ਆਇਆ ਕਰੋ ਤੇ ਐਡ ਐਡਰਟਾਈਜ਼ਮੈਂਟ ਵੀ ਭੇਜੋ ਸਾਨੂੰ ਤਾਂ ਕਿ ਅਸੀਂ ਅੱਛੇ ਪ੍ਰੋਗਰਾਮ ਬਣਾ ਸਕੀਏ ਤੇ ਇਹਨਾਂ ਸ਼ਬਦਾਂ ਨਾਲ ਆਪਾਂ ਜੀ 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 ਨਮਸਕਾਰ ਦੋਸਤੋ ਕੋਈ ਗਲਤ ਲਫ਼ਜ਼ੇ ਬੋਲੇਗਾ ਬਈ ਸਾਡੀ ਆਪਣੀ ਟੀਮ ਪੰਜਾਬ ਦੀ ਟੀਮ ਨੂੰ ਮਾਫ ਕਰਿਓ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਤੁਹਾਡੇ ਨਾਲ ਰੂਬਰੂ ਹੋਵਾਂਗੇ ਤਦ ਤੱਕ ਸਤਿ ਸ਼੍ਰੀ ਅਕਾਲ ਨਮਸਕਾਰ ਦਾ